ਇਹਨਾਂ ਨੂੰ ਕਾਹਦੇ ਲਈ ਇੱਥੇ ਮੂੰਹ ਲਾਇਆ ਹੈ ਬਸ ਕੀ ਦੱਸਾਂ ਇਹ ਮੈਂ ਕੱਢਣ ਡਈ ਹਾਂ ਲੇਕਿਨ ਨਿਕਲਣ ਨਹੀਂ ਦਿੰਦੇ ਕੱਢਣ ਡਈ ਨਹੀਂ ਐਡੀ ਖਾਣਾ ਖੜਾ ਡਸ਼ ਕਰਿਆ ਕਿ ਤੇਰੀ ਸਿਹਤ ਮੈਂ ਕੱਢਣ ਡਈ ਹਾਂ ਜਾਨੂ ਤੁਸੀਂ ਇਹ ਤੇ ਨਾਲ ਗੱਲ ਕਰਿਆ ਖਾਣਾ ਖਰਾਬ ਦੇ ਪੁੱਤਰਾ ਪੂਰਾ ਲੈਗ ਪੀਸ ਇੱਕ ਬੁਰਕੀ ਬਣਾ ਕੇ ਖਾ ਜਾਂਦਾ ਤੂੰ ਜਾਨੂ ਕੱਢਣ ਡਈ ਹਾਂ ਮੈਂ ਕੌਣੀ ਮਾਰ ਕੇ ਤੂੰ ਹਲਵਾਈ ਕੋਲੋਂ ਕਿਲੋ ਦੁੱਧ ਮੁਫਤ ਪੀਵੇ ਕੱਢਣ ਡਈ ਹਾਂ ਮੈਂ ਖਾਣਾ ਖਰਾਬ ਦੇ ਪੁੱਤਰਾ ਤਰਬੂਜ਼ਾ ਅੰਗੂਰ ਵਾਂਗੂ ਖਾਣਾ ਨੂੰ ਐਂ ਕਰਕੇ ਕੱਢਣ ਡਈ ਹਾਂ ਮੈਂ ਚਲੋ ਦਿਖਾਓ ਜਵਾਬ ਅਸੀਂ ਵੀ ਸਿਲਫੇ ਨਾਜ਼ ਅਸੀਂ ਵੀ ਜਾਣਾ ਸਾਡੀ ਵੀ ਤਨਖਾਹ ਰਹਿੰਦੀ ਹੈ ਪਹਿਲੇ ਤਨਖਾਹ ਦਿਓ ਤਨਖਾਹ ਤੁਹਾਡੀ ਰਹਿੰਦੀ ਸੀ ਪਿਛਲੇ ਮਾਲਕਾਂ ਨਾਲ ਹਾਂਜੀ ਹੁਣ ਜਿਹੜੇ ਮਾਲਕ ਆਏ ਨੇ ਉਹਨਾਂ ਨੇ ਆਪਣਾ ਸਾਰਾ ਚਾਰਜ ਆਪਣੇ ਘਰ ਦਾ ਲੈ ਲਿਆ ਉਹਨਾਂ ਕੋਲੋਂ ਲਵੋ ਜਾ ਕੇ ਜਿਹਨਾਂ ਦਾ ਕੰਮ ਕਰਦੇ ਰਹੇ ਚਲੋ ਸ਼ਾਬਾਸ਼ ਉਹਨਾਂ ਕੋਲ ਲੈ ਕੇ ਜਾ ਕੇ ਉਹਨਾਂ ਕੋਲ ਲਵੋ ਜਾ ਕੇ ਜੋ ਕੁਛ ਮਰਜ਼ੀ ਜੀ ਅਸੀਂ ਨਹੀਂ ਜਾਣਾ ਤਨਖਾਹ ਦਿਓ ਸਾਨੂੰ ਇਹ ਕੌਣ ਹੈ ਮਿਰਚਾਂ ਵਾਲਾ ਦਹੀਂ ਤੋਂ ਆਹ ਉਹ ਖਾਣਾ ਖਰਾਬ ਦੇ ਪੁੱਤਰੋ ਖਰਗੋਸ਼ ਸਿੱਧਾ ਕਰਾ ਲੇ ਤਨਖਾਹ ਦਿਓ ਜਨਾਬ ਓਏ ਮੇਰੇ ਕੋਲ ਤਨਖਾਹ ਨਾ ਲੈ ਲਈ ਇਹ ਬੈਠਾ ਰੋਏਗਾ ਭਾਣ ਮੈਨੂੰ ਤਨਖਾਹ ਦੇ ਦਿੱਤੀ ਜੇ ਚਲ ਭਾ ਜਾ ਤੋ ਚੈਨਾ ਦੇ ਬੁਸ਼ ਇਹ ਪਿੰਡੀ ਵਾਲੀ ਸਾਈਡ ਵਾਲ ਜਾਓ ਨਾ ਤੇ ਉਹਨਾਂ ਨੇ ਨਾ ਉੱਥੇ ਮੰਜੀ ਹੋਟਲ ਆਉਂਦੇ ਨੇ ਇਹੋ ਜਿਹੇ ਪਾਣੀ ਵਾਲੇ ਚੱਕ ਰੱਖੇ ਹੁੰਦੇ ਨੇ ਪਾਓ ਜੀ ਭਾਜੀ ਪਾਣੀ ਚਲ ਤੂੰ ਵੀ ਭਾਜਾ ਭਾਜੀ ਮੈਂ ਬੜਾ ਗਰੀਬ ਆਦਮੀ ਹਾਂ ਮੈਨੂੰ ਨੌਕਰੀ ਤੋਂ ਨਾ ਕੱਢੋ ਮੈਂ ਆਪਣਾ ਨਿੱਕਾ ਭਰਾ ਵੇਚ ਕੇ ਮੁੱਛਾਂ ਠਾਕਰਾਂ ਵਰਗੀਆਂ ਰੱਖੀਆਂ ਤੇ ਕਹਿੰਦੇ ਮੈਂ ਬੜਾ ਗਰੀਬ ਆਦਮੀ ਮੈਂ ਆਪਣਾ ਨਿੱਕਾ ਭਰਾ ਵੇਚ ਕੇ ਬਿਜਲੀ ਦਾ ਬਿੱਲ ਤਾਰਿਆ ਹੈ ਹਾਂ ਨਿੱਕਾ ਭਰਾ ਵੇਚਤਾ ਮੈਂ ਆਪਣਾ ਭਰਾ ਵੇਚ ਦਿੱਤਾ ਲੱਖ ਲਾਣਾ ਤੇਰੀ ਜ਼ਿੰਦਗੀ ਦੇ ਬਗੈਰ ਤਾਂ ਆਪ ਕੰਮ ਤੇ ਜਾਣਾ ਕੰਮ ਤੇ ਨਹੀਂ ਜਾਣਾ ਭਰਾ ਵੇਚ ਦਿੱਤਾ ਜੀ ਜਾਨ ਕੀ ਹੈ ਨਜ਼ਦੀਕ ਕਿਉਂ ਨਹੀਂ ਆਉਂਦੇ ਤੁਸੀਂ ਉਹ ਤੇਰੇ ਨਜ਼ਦੀਕ ਆ ਮੈਂ ਆਪਣਾ ਸਾਹ ਬੰਦ ਕਰਵਾਵਾਂ ਖਾਣਾ ਖਰਾਬ ਦੇ ਪੁੱਤਰ ਕਿ ਸਰ ਰਜ਼ਾਈ ਵਰਗਾ ਖੁਸਰਾ ਤੂੰ ਜੋ ਤੈਨੂੰ ਆਪਣੀ ਸਿਹਤ ਦਾ ਨਹੀਂ ਅੰਦਾਜ਼ਾ ਆਇਆ ਖੁਦਾ ਹਾਏ ਹਾਏ ਤੁਸੀਂ ਇੰਨੀ ਕਿਉਂ ਨਗਰ ਅਸੀਂ ਜੰਨਤ ਦੀਆਂ ਚਿੜੀਆਂ ਹੈਗੇ ਜੰਨਤ ਦੀਆਂ ਚਿੜੀਆਂ ਨਹੀਂ ਬਗੈਰ ਤੋਂ ਦੋ ਸਕਦੇ ਕਾਂ ਹੋ ਤੁਸੀਂ ਬਲਕਿ ਕਾਂ ਵੀ ਛੋਟਾ ਜਾਨਵਰ ਹੁੰਦਾ ਤੁਹਾਨੂੰ ਖੋਤੇ ਕਹਿਣਾ ਚਾਹੀਦੇ ਹਾਏ ਹਾਏ ਸਲੀਲੋ ਕੁੜੀਆਂ ਖੋਤਾ ਜਿਹਨੇ ਕੋਲੇ ਢੋਣੇ ਨੇ ਦੋ ਸਕਦੇ ਹਯਾ ਕਰੋ ਕੁੜੀਆਂ ਨੇ ਮਗਰ ਤਾਂ ਦੌੜ ਦੌੜ ਕੇ ਜਾਂਦੇ ਸਾਡੇ ਮਗਰ ਕਿਉਂ ਨਹੀਂ ਜਾਂਦੇ ਜ਼ਲੀਲੋ ਪੱਕੇ ਰੂਟ ਤੇ ਜਾਂਦੇ ਹੋ ਕਦੀ ਕੱਚੇ ਰੂਟ ਤੇ ਵੀ ਗੱਡੀ ਪਾ ਕੇ ਵੇਖੋ ਸਾਡਾ ਦਿਮਾਗ ਖਰਾਬ ਹੈ ਕੱਚੇ ਰੂਟ ਤੇ ਗੱਡੀ ਪਾਈਏ ਵਿੱਚ ਕੋਈ ਰੋੜਾ ਪਿਆ ਵੇ ਨੁੱਕਰ ਵਾਲਾ ਸਾਡਾ ਟਾਇਰ ਪਾੜ ਜਾ ਤੇਰਾ ਪਿਓ ਵਾਰਸ ਟਾਇਰ ਤੇ ਟਾਇਰ ਤੇ ਫਟ ਲਈਏ ਜਦੋਂ ਡਿੱਗੀ ਛੋਟੀ ਤੇ ਗੇਅਰ ਵੱਡਾ ਲੋ ਆਇਆ ਹੋਏਗਾ ਸਾਡੀ ਗੱਡੀ ਭਾਵੇਂ ਵੱਡਾ ਛੋਟਾ ਹੋਵੇ ਤੈਨੂੰ ਕੀ ਤਕਲੀਫ ਹੈ ਤੂੰ ਜਾ ਕੰਮ ਕਰ ਆਪਣਾ ਪੈਦਲ ਫਿਰ ਤੇ ਮਸਲਾ ਕੀ ਹੈ ਤੈਨੂੰ ਸਾਡੇ 'ਚ ਤੇ ਔਰਤਾਂ 'ਚ ਫਰਕ ਕੀ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਖਾਣਾ ਖਰਾਬ ਦੇ ਪੁੱਤਰੋ ਤੁਹਾਡਾ ਬਲੂਟੁੱਥ ਨਹੀਂ ਆਨ ਹੁੰਦਾ ਜਾਹਲੋ ਤੁਸੀਂ ਉਹ ਮੋਬਾਈਲ ਹੋ ਜਿਹਦੇ 'ਚ ਭਾਵੇਂ ਹਜ਼ਾਰ ਵਾਲਾ ਕਾਰਡ ਫਿਟ ਕਰੋ ਤੇ ਬੈਲੈਂਸ ਫੇਰ ਨਹੀਂ ਰਹਿੰਦਾ ਵੈਸੇ ਕਦਰ ਨਹੀਂ ਕਰਦੇ ਤੁਸੀਂ ਸਾਡੀ ਕੋਈ ਐਡਾ ਖਾਸ ਫਰਕ ਨਹੀਂ ਜਿਹੜੀ ਕੁੜੀ ਨੂੰ ਮਰਜ਼ੀ ਮੇਰੇ ਨਾਲ ਨਹਿਰ ਤੇ ਖੜਿਆ ਕਰਦੇ ਉਦੋਂ ਤਾਂ ਪਹਿਲੇ ਲੋਕ ਮੈਨੂੰ ਚੁੱਕ ਕੇ ਲੈ ਕੇ ਜਾਣ ਜ਼ਾਹਰ ਹੈ ਗੰਦ ਪਹਿਲੇ ਚੁੱਕੀ ਦਾ ਤਾਂ ਕਿ ਨਹਿਰ ਸੋਹਣੀ ਲੱਗੇ ਖਾਣਾ ਖਰਾਬ ਤੇ ਚਾਹਨਾ ਕੀ ਹੈ ਚਾਹਨਾ ਕੀ ਹੈ ਖੁਸਰੇ ਨਾਲੋਂ ਬਿਹਤਰ ਹੈ ਬੰਦਾ ਦੋ ਹਦਵਾਣੇ ਖਾ ਲੇ ਬੰਦੇ ਦਾ ਮਿਹਦਾ ਠੀਕ ਰਹਿੰਦਾ ਅੱਛਾ ਹਾਂ ਵੇ ਹੁਣ ਤੇ ਗੌਰਮੈਂਟ ਵੀ ਸਾਡੀ ਕਦਰ ਕਰਨ ਲੱਗ ਗਈ ਹੈ ਹੁਣ ਤੇ ਸਾਡੇ ਸ਼ਨਾਖਤੀ ਕਾਰਡ ਬਣਨ ਲੱਗ ਗਏ ਨੇ ਇਹ ਵੀ ਆਰਡਰ ਹੋ ਗਏ ਨੇ ਕਿ ਸਾਨੂੰ ਹਰ ਮਹਿਕਮੇ 'ਚ ਨੌਕਰੀਆਂ ਮਿਲਣਗੀਆਂ ਹਾਏ ਕਿੱਡਾ ਮਜ਼ਾ ਆਏਗਾ ਜਦੋਂ ਖੁਸਰਾ SHO ਲੱਗਾ ਹੋਏਗਾ ਕੀ ਮਜ਼ੇ ਆਣਗੇ ਕੀ ਬੇੜੇ ਫਰਕ ਹੋਣਗੇ ਉਸ ਥਾਣੇ ਦੇ ਜਿੱਥੇ ਖੁਸਰਾ SHO ਹੋਏਗਾ ਚੋਰ ਨੂੰ ਫੜ ਕੇ ਕਹੇਗਾ ਚੱਲ ਵੇ ਲੰਮਾ ਪਿਆ ਵੇ ਲੰਮਾ ਪੈ ਗਿਆ ਦੱਸ ਨਾ ਸਤਾ ਮੈਨੂੰ ਕਿਉਂ ਚੋਰੀਆਂ ਕਰਨਾ ਕੰਜਰਾ ਲੰਮਾ ਪੈ ਜਾ ਬਸ ਮੈਨੂੰ ਸਤਾ ਲੰਮਾ ਪੈ ਜਾ ਮੈਂ ਨਾਲ ਲੰਮਾ ਪੈਣੇ ਲੰਮਾ ਪੈ ਅੱਜ ਮੈਂ ਤੈਨੂੰ ਉਹ ਸਜ਼ਾ ਦੇਣੀ ਹੈ ਉਹ ਸਜ਼ਾ ਦੇਣੀ ਮੈਨੂੰ ਸਮਝ ਇਹ ਨਹੀਂ ਆਉਂਦੀ ਖੁਸਰੇ ਅਸੀਂ ਹਾਂ ਤੇ ਸਾਰੇ ਐਕਸ਼ਨ ਇਹਨੂੰ ਯਾਦ ਨੇ ਹੈ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਵੀ ਨੱਚਦਾ ਇਹ ਵੀ ਬਹੁਤ ਆਲਾ ਹੈਗਾ ਜੀ ਨਾ ਮੈਂ ਨੱਚਣ ਵਾਲਾ ਖੁਸਰਾ ਤੇ ਤੂੰ ਨਹੀਂ ਸਮਝ ਤੇ ਗਿਆ ਤੁਹਾਨੂੰ ਤਾਂ ਪਤਾ ਹੀ ਹੈ ਤੈਨੂੰ ਤਾਂ ਮੇਰੇ ਤੋਂ ਵੀ ਪਹਿਲੇ ਪਤਾ ਹੈ ਨਾ ਸਮਝ ਤੇ ਗਿਆ ਹੀ ਹੋਵੇਗਾ ਜਿਹਨੂੰ ਬੰਦਾ 20 ਰੁਪਏ ਦੇ ਕੇ ਕਹਿੰਦੇ ਕੱਲ ਮੇਰੇ ਭਰਾ ਦਾ ਵਿਆਹ ਜੇ ਉੱਥੇ ਨਜ਼ਰ ਆਇਆ ਮੈਂ ਲੱਤਾਂ ਤੋੜ ਦੇਣੀਆਂ ਤੇਰੀਆਂ ਬੇਵਕੂਫ ਬਸ ਕੀ ਕਰੀਏ ਮੈਂ ਕੋਈ ਜ਼ਰੂਰੀ ਤੇ ਨਹੀਂ ਸੀ ਕਿ ਮੈਂ ਖੁਸਰਾ ਹੁੰਦਾ ਮੇਰਾ ਦਿਲ ਨਹੀਂ ਸੀ ਖੁਸਰਾ ਬਣਨ ਦੇ ਕਰ ਅਪਲਾਈ ਕੀਤਾ ਤੂੰ ਦਰਖਾਸਤ ਹੀ ਨਹੀਂ ਸੀ ਦੇਣੀ ਕਿ ਮੈਨੂੰ ਖੁਸਰਾ ਬਣਾ ਮੈਂ ਕਿੱਥੇ ਅਪਲਾਈ ਕੀਤਾ ਡਾਇਰੈਕਟਰ ਕੰਜਰ ਨੇ ਬਣਾ ਦਿੱਤਾ ਮੈਨੂੰ ਅੱਛਾ ਵੇ ਡਾਇਰੈਕਟਰ ਮੈਨੂੰ ਖੁਸਰਾ ਬਣਾਉਣ ਵਾਲਿਆ
ਵੇ ਕੁੜੀਆਂ ਤੋਂ ਵੀ ਜ਼ਿਆਦਾ ਸਟੈਪ ਕਰਨ ਵਾਲਿਆ ਖੁਸਰਾ ਸਾਨੂੰ ਬਣਾਤਾ ਈ ਤੇਰਾ ਕੱਖ ਨਾ ਰਹੇ। ਅੱਛਾ ਮੈਂ ਤੇ ਬਣਾਇਆ ਤੂੰ ਕਿਸਾ ਮਰਦੇ ਕੋ ਮੰਨ ਗਿਆ ਕੀ ਕਰੀਏ ਰੋਟੀ ਲਈ ਰੋਟੀ ਨਹੀਂ ਕਮਾਣੀ ਰੋਟੀ ਕਮਾਣੀ ਬੇਵਕੂਫੋ ਸੋਚੋ ਕੋਈ ਅਸੀਂ ਜਦੋਂ ਮਿਹਨਤ ਮੂਹਨਤ ਕਰਕੇ ਇਲੈਕਸ਼ਨ ਲੜ ਕੇ ਤੇ ਜਦੋਂ ਸਾਡੀ ਹਕੂਮਤ ਆ ਗਈ ਤੇ ਫੇਰ ਕੀ ਹੋਇਆ ਜਾਓ ਕੰਮ ਕਰੋ ਪਹਿਲੇ ਵੀ ਤੁਹਾਡੀ ਹੈ ਪਹਿਲੇ ਜਿਹਦੀ ਪਹਿਲੇ ਤੁਸੀਂ ਘੱਟ ਸਿਲੰਡਰ ਵੇੜਾ ਗਰਕ ਕਰ ਦਿੱਤਾ ਫੜ ਕੇ ਆਵਾਮ ਦਾ ਮਹਿੰਗਾਈ ਦੇ ਨਾਲ ਸੱਤਿਆਨਾਸ਼ ਕਰਕੇ ਰੱਖ ਦਿੱਤਾ ਇਸ ਮੁਲਕ ਦਾ ਜਿਹੜਾ ਆਉਂਦਾ ਇਹਨੂੰ ਖਾ ਰਿਹਾ ਜਿਹੜਾ ਆਉਂਦਾ ਇਹਨੂੰ ਖਾ ਰਿਹਾ ਕੋਈ ਐਸਾ ਬੰਦਾ ਨਹੀਂ ਹੈ ਜਿਹੜਾ ਇਹਦੇ ਆ ਕੇ ਪੌਦਿਆਂ ਨੂੰ ਪਾਣੀ ਲਾਵੇ ਇਸ ਮੁਲਕ ਦਾ ਹਾਲ ਕੀ ਕਰ ਦਿੱਤਾ ਜੀ ਉੱਤੇ ਜਹਾਜ਼ ਫਟਣ ਡਏ ਨੇ ਥੱਲੇ ਟ੍ਰੇਨਾਂ 'ਚ ਬੰਬ ਫਟਣ ਡਏ ਨੇ ਗਲੀ ਮੁਹੱਲੇ 'ਚ ਮੋਬਾਈਲ 'ਤੇ ਪਰਸ ਖੋਏ ਜਾ ਰਹੇ ਨੇ ਅਤੇ ਵਜ਼ੀਰ ਜਦੋਂ ਟੀ ਵੀ 'ਤੇ ਆਉਂਦੇ ਨੇ ਅਬ ਹਾਲਾਤ ਪਹਿਲੇ ਸੇ ਬਿਹਤਰ ਹੈ ਸ਼ਰਮ ਕਰੋ ਗੱਲ ਸਹੀ ਕੀਤੀ ਰਾਈਟਰ ਇਹਨਾਂ ਕੋਲ ਹੀ ਬਣਾ ਲੈਂਦਾ ਗੱਲ ਲਾਲ ਦੀ ਸਾਨੂੰ ਸਿਰਫ ਇੱਥੇ ਹੀ ਲਾਇਆ ਵੀ ਬਸ ਇੰਜ ਇੰਜ ਕਰੀ ਜਾਓ ਚਾਰ ਪੈਸੇ ਆਉਂਦੇ ਨੇ ਸਭ ਤੋਂ ਪਹਿਲੇ ਉਹਨੂੰ ਨੇੜੇ ਕਿਹੜੀ ਚੀਜ਼ ਪੈਂਦੀ ਹੈ ਅੰਗਰੇਜ਼ੀ 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 ਨੂੰ ਇਹਨਾਂ ਨੇ ਆਪਣਾ ਕੋਈ ਕ੍ਰਾਈਟੇਰੀਆ ਟਾਈਪ ਬਣਾ ਲਿਆ ਹੋਇਆ ਤੇ ਅੰਗਰੇਜ਼ੀ ਦੇ ਨਾਲ ਹੀ ਅਸੀਂ ਸਰਵਾਈਵ ਕਰ ਸਕਦੇ ਹਾਂ ਅੰਗਰੇਜ਼ੀ ਨੂੰ ਜ਼ੁਬਾਨ ਸਮਝਣ ਲੱਗ ਪਏ ਨੇ ਹਾਲਾਂਕਿ ਆਪਣੀ ਜਿਹੜੀ ਮਾਦਰੀ ਜ਼ਬਾਨ ਪੰਜਾਬੀ ਹੈ ਸਾਡੀ ਕੌਮੀ ਜ਼ਬਾਨ ਸਾਡੀ ਉਰਦੂ ਹੈ ਸਾਨੂੰ ਇਹਦੇ 'ਤੇ ਫੇਸ ਕਰਨਾ ਚਾਹੀਦਾ ਬਲਕਿ ਲੋਕਾਂ ਨੂੰ ਸਿਖਾਉਣੀ ਚਾਹੀਦੀ ਆਪਣੀ ਜ਼ਬਾਨ ਬਿਲਕੁਲ ਸਹੀ ਅਸੀਂ ਕਹਿੰਦੇ ਨਾ ਕੌਵਾ ਚਲਾ ਹਸਕੀ ਚਲ ਆਪਣੀ ਵੀ ਭੁੱਲ ਗਿਆ ਇਹਨਾਂ ਦਾ ਇਹ ਖਾਨਾ ਖਰਾਬ ਹੋਣਾ ਹੀ ਇਹ ਮੀਰਾ ਵੇਖ ਇੱਟ ਹੋਈ ਹੈ ਸਭ ਤੋਂ ਪਹਿਲਾਂ ਅੰਗਰੇਜ਼ੀ ਨੂੰ ਮਾਰਿਆ ਆ ਇਸ ਥੋੜ੍ਹੀ ਜਿਹੀ ਸਨੋ ਡਾਲ ਦਿਉ ਲਸਣ ਹਾਲਾਂਕਿ ਉਹਨੂੰ ਆਈਸ ਕਹਿੰਦੇ ਨੇ ਜਿਹੜੀ ਉਹਦੇ 'ਚ ਪਾਈ ਦੀ ਹੈ ਬਸ ਕੀ ਦੱਸਾਂ ਸਾਰੇ ਆ ਗਿਆ ਇਹ ਵੀ ਗਲਤ ਅੰਗਰੇਜ਼ੀ ਬੋਲੇਗਾ ਹੁਣ ਭਾਈ ਕਿੱਧਰ ਰਹਿ ਗਏ ਤੁਮ ਲੋਕ ਸਭ ਮੈਂ ਤੋਂ ਅੰਦਰ ਡੁੱਬ ਗਿਆ ਹੈ ਕਿੱਧਰ ਆ ਤੁਮ ਆਈ ਵਿਲ ਵਿਚ ਟੂ ਦਾ ਪਿਚ ਓਕੇ ਉਹਨਾਂ ਤੇ ਕੀ ਕਰੋਗੇ ਤੁਸੀਂ ਡੋਂਟ ਵਰੀ ਅਬਾਊਟ ਦਿਸ ਇਜ਼ ਮਾਈ ਹੋਮ ਯੈਸ ਐਂਡ ਐਗਰੀਕਲਚਰ ਡਿਪਾਰਟਮੈਂਟ ਓਕੇ ਹਾਂ ਸਾਹਿਬ ਜੀ ਹੋਮ ਤੇ ਕਰ ਤਾਂ ਠੀਕ ਹੈ ਐਗਰੀਕਲਚਰ ਡਿਪਾਰਟਮੈਂਟ ਇਹ ਕੀ ਪਤਨੀ ਸੀ ਤੈਨੂੰ ਸਮਝ ਆਈ ਆਈ ਬਟ ਠੀਕ ਹੈ ਜਿੰਨੀ ਤੁਹਾਨੂੰ ਅੰਗਰੇਜ਼ੀ ਦੱਸੀ ਨਾ ਯੈਸ ਨੋ ਸੋਰੀ ਥੈਂਕ ਯੂ ਬਸ ਇੰਨੀ ਸਿੱਖੋ ਵਾਟ ਇਜ਼ ਦਿਸ ਵਾਟ ਇਜ਼ ਦਿਸ ਉਹ ਕਿਹੜੀ ਇੰਗਲਿਸ਼ ਬੋਲ ਤਰ੍ਹਾਂ ਦੇ ਖੁਦਾ ਦਾ ਵਾਸਤਾ ਵਾਟ ਇਜ਼ ਦਿਸ ਦਿਸ ਇਜ਼ ਯੋਰ ਕੁੱਕ ਇਹ ਕੰਮ ਕੁੱਕ ਕੇ ਰੱਖਦਾ ਓਕੇ ਓਕੇ ਦਿਸ ਇਜ਼ ਦਾ ਡੌਂਕੀ ਵੀ ਚੱਲੇ ਫੁਹਾਰਾ ਵੀ ਹੈਲੋ ਇਹ ਕੈਸੀ ਬਾਤੇਂ ਕਰ ਰਹੇ ਇਨਕੋ ਇੰਗਲਿਸ਼ ਸਹੀ ਨਹੀਂ ਆਤੀ ਹੈ ਆਪਕੋ ਸਹੀ ਇੰਗਲਿਸ਼ ਆਤੀ ਵੀ ਹੈ ਆਪਕੋ ਯੇ ਪਤਾ ਕਿ ਇੰਗਲਿਸ਼ ਮੇਂ ਕੈਰੀ ਆਨ ਕਾ ਮਤਲਬ ਕਿਆ ਹੋਤਾ ਹੈ ਕਿਆ ਹੋਤਾ ਹੈ ਲਗੇ ਰਹੋ You shut up! Bloody nonsense! I mean! साहब जी हो देखो मेरी बात सुन लो मैं तुम्हें एक बात बता दूं मैं आज बहुत ज्यादा ज़हनी तौर पर रिलैक्स हूं ओके अच्छा माशाल्लाह यानी कि मैं बहुत टेंशन में हूं अच्छा रिलैक्स का मतलब टेंशन है हां सब लोग यहां से चले जाओ क्योंकि मैं कुछ देर के लिए यहां रेप होना चाहता हूं ओके अल्लाह अल्लाह ओए लाख तेरी शक्ल दे बेगैरत आदमी ओए 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 ਕਿਉਂ ਡਾਲਾ ਖਾਣ ਵਾਲੀਆਂ ਗੱਲਾਂ ਕਰਨ ਡਿਆ ਬਗੈਰਤਾ ਹਜ਼ਾਰ ਕਰ ਜ਼ਰਾ ਵੀ ਇੰਗਲਿਸ਼ ਨਹੀਂ ਆਉਂਦੀ ਤੇ ਕਿਹੜੇ ਕੰਮ ਲੱਗ ਗਿਆ ਖੁਦਾ ਦਾ ਵਾਸਤਾ ਜੇ ਪੈਸੇ ਲੈ ਆਉਂਦੇ ਨੇ ਲੈ ਨੇੜੇ ਤੇ ਆਪਣਾ ਇੰਗਲਿਸ਼ ਵੀ ਸਹੀ ਕਰ ਲਵੋ ਕੀ ਕਮਾ ਇਹਨਾਂ ਨੂੰ ਮੈਂ ਹੈ ਬੜੀ ਦੇਸ ਜੇ ਮੈਂ ਸਭ ਕੁਝ ਕਿਹਾ ਮੇਰੇ ਘਰ ਮੇਂ ਓਏ ਖੁਸਰ ਬੁਸਰ ਚਲੋ ਜਾ ਕੇ ਤੋ ਆਪਣਾ ਕਿਚਨ ਜਾ ਕੇ ਕੋਈ ਸਲਾਸ ਉਦ ਕੱਟ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦਾ ਕੀ ਬਣੇਗਾ ਓਕੇ ਮਾਈ ਡੀਅਰ ਹਾਂ ਦਿਸ ਇਜ਼ ਦਾ ਯੂ ਆਰ ਵੈਰੀ ਬਿਊਟੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਵੇਅਰ ਮਾਈ ਦਿਸ ਇਜ਼ ਯਰ ਵਾਈਫ ਅਪਨੇ ਭਾਈ ਕੋ थाउजेंड टाइम ये बात कही है यानी के सौ मर्तबा कह चुका हूं उन्हें थाउजेंड का सौ कर देते मैं उसको सौ मर्तबा ये बात कर चुका हूं तेरे को सौ दी पान नहीं ला सकता मामा तू दास ही देने मैं उसे सौ मर्तबा कह चुका हूं कि मैंने अपने बेटों की उसकी बेटियों के साथ डेथ नहीं करनी ओके और डेथ नहीं है मरे हो सड़े जनाजे जान तू वही जुत्ती चुकनी पैनी है जिवें रोजाना इन्हें फेंटी लाउंदे मैंने उसके मैंने कह दिया कि मैं अमीर आदमी हूँ हाँ। मैं अपने बराबर के किसी बंदे के
घर में अपने बच्चों की हैप्पी टू यू करूंगा ओके हैप्पी टू यू नहीं होता मैं जा रहा तेरे घर काम करने नो 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 यू आर माय वाइफ ओके I am last warning, no litter paula, okay? मैंने भी अपना अगर तो वाइफ किया ना मैं मुंह तो मारूंगा तेरे खाना अगर आपका पुत्र कोई बात नहीं मामा 1800 रुपए में तो नहीं लिया सुल्तान दे जानू तुम कैसी बातें कर रहे हो डोंट वरी अबाउट माई डॉटर डोंट वरी अबाउट आई लव तुम्हारी चूची टूट गई मार मार के मेरे खावन को ज्यादा काटा क्या है माई वाइफ क्या है मेरी बीवी क्या है मेरी बीवी जुत्ती मार के मना लेगा मैं तेरे घर काम नहीं कर रहा मैं किधर और चला जाऊंगा नहीं बेटा तुम ऐसी बातें मत करो छोड़ दो माई सन छोड़ दो उनको जाके बोलो कि दो चिकन बर्गर अच्छा ऊपर अच्छी तरह लेमिनेशन करके दो मैं तड़ी वालदा का शनाख्ती कार्ड लेने जा रहे हैं जिधर से लेमिनेशन करा के लेके आवा मैं नहीं हमने बर्गर नहीं खाना है ओए ओ प्लास्टर दिया जगह इन्हें समझा रहे नहीं हमने बर्गर नहीं खाना है हमने लत खानी है अल्लाह तू तो खा पार्टी दिस उन्हें आप क्या मैं लत खानी वो वाली लत मूर्ख नहीं होती हम नन करके कोलों के ऊपर सेकते हैं जो इधर हो जा मिट्टी दी फ्रिज वे आर माई चिल्ड्रन चिल्ड्रन तेरे बच्चे जड़े उन्होंने मैं कहा सोसाइटी की जाओ ओके इलाके से जाकर सब ना मुलाकात करो ओके सब ना दोस्तियां बनाओ ताकि इस इलाके से पता लगे कि तुम नवे नवे आए हो और तू छड्डे इथे के ला कर मेरे खाना खराब कर तू देखो करने वाली गल यार मास्टर की यार फाका ओ चंगा काम कराए साडे को प्यो मेरे जमीन में से शहर चलो तू इथे के मल्ले ते फिरो ए जेड़े तेरे कानूनी वाले बंदे ही एक बंदे वाली गल कर रहे ने होया की है ओ कहंदे धोतियां लाओ ते मैं ए ला के कुछ और पाओ ਧੋਤੀਆਂ ਲਾ ਲਈਆਂ ਤੁਹਾਡੀ ਬੇਬੇ ਦੀ ਪਜਾਮੀ ਪਾ ਕੇ ਫਈਏ ਯਾਰ ਖੁਦਾ ਦਾ ਵਾਸਾ ਲੜਾਈ ਨਹੀਂ ਬਣੀ ਮੱਲੇ ਦੀ ਯਾਰ ਉਹ ਲੜਾਈ ਨਾ ਪਾਈਏ ਪੁੱਠੀਆਂ ਤੇ ਲੱਗ ਰੰਡੇ ਰਿਆ ਇਸ ਇਲਾਕੇ ਨਵੇਂ ਨਵੇਂ ਆਏ ਤੇ ਦੋਸਤੀਆਂ ਬਣਾਓ ਉਹ ਯਾਰ ਜੋ ਤੂੰ ਕਹਿੰਦੇ ਕਰਨੇ ਤੂੰ ਮੇਰੇ ਪਿਓ ਦੀਆਂ ਮੁੱਛਾਂ ਬਣਾਤੀਆਂ ਦੇਖ ਕਿਹੋ ਜਿਹਾ ਮੂੰਹ ਹੋ ਗਿਆ ਹੈ ਤੂੰ ਮੇਰੀਆਂ ਮੁੱਛਾਂ ਬਣਾਤੀਆਂ ਮੈਂ ਤੇਰੇ ਕਹਿਣ ਤੇ ਮੁੱਛਾਂ ਬਣਾਈਆਂ ਹਾਂ ਜਿੱਦੜ ਤੂੰ ਮੈਨੂੰ ਕਿਹਾ ਮੁੱਛਾਂ ਬਣਾ ਤੇਰੀਆਂ ਮੁੱਛਾਂ ਮੈਨੂੰ ਚੁਭਦੀਆਂ ਨੇ ਮੈਂ ਕਿਸਨ ਕਿਹਾ ਤੈਨੂੰ ਮੈਂ ਤੈਨੂੰ ਕਿਹੜੇ ਦਿਨ ਕਿਹਾ ਉਧਰ ਯਾਰ ਉਧਰ ਜਿੱਦੜ ਸ਼ੱਕਰ ਪੂਜੀ ਖੇਡਣ ਦੇ गन्ना नहीं निकल दे मर भी तेन फोड़ा निकले खाना खराब दिया पुत्रा गन्ना मेरे मुंह तू नहीं जान दिया यार तू पिंड चल तेन हूं भी कमाद चवाड़ के गा अपनी मर्जी का चूप यार चल चल तेरे कमाद पिंड यार चुपा गन्ना गन्ना चुपावा मेनू चुपा दे पिछे मर गए तेन चुपा तो दी तू मोटे वाले पास शुरू हो जाना डॉन्ट वरी माई सन ऑफ लॉ डॉन्ट वरी Only son क्या दे? तेरा सन नहीं है मेरा तेरा सन है कि मैं जो मर्जी कहां सन भी क्या पेंट भी सन ही लादा रहा कह दे अच्छा
ਗੱਲ ਸੁਣ ਹਾਂ ਤੁਹਾਡੀਆਂ ਸ਼ਾਦੀਆਂ ਕਰਨ ਲੱਗਿਆ ਸੀ ਅੱਛਾ ਚੌਧਰੀ ਨਿਆਮਤ ਸਾਹਿਬ ਆ ਰਹੇ ਨੇ ਉਹਨਾਂ ਦੀਆਂ ਤਿੰਨ ਬੇਟੀਆਂ ਨੇ ਹਾਂ ਅਮੀਰ ਆਦਮੀ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਇੱਕ ਇੱਕ ਬੇਟੀ ਦੇ ਨਾਲ ਇੱਕ ਇੱਕ ਬਿੱਲ ਦੇਵਾਂਗਾ ਮੇਰਾ ਵੀ ਵਿਆਹ ਕਰਾਉਣ ਲੱਗਾ ਆਹੋ ਆ ਚੱਲ ਚੰਗਾ ਮੇਰਾ ਵਿਆਹ ਕਰਾ ਦੇ ਤੇਰੀ ਵੀ ਜਾਨ ਛੁੱਟੇ ਯਾਰ ਤੁਹਾਡਾ ਪਿਓ ਮਰੇ ਬਸ ਹੋਰ ਮੈਂ ਕੱਖ ਨਹੀਂ ਕਹਿਣਾ ਉਹ ਮਰੇ ਉਹ ਜਨਰੇਟਰ ਆ ਉਹ ਮਿੱਟੀ ਦੇ ਤੇਲ ਨਾਲ ਚੱਲਣ ਵਾਲਿਆ ਜਨਰੇਟਰ ਆ ਥੈਂਕ ਯੂ ਅੱਛਾ ਤੇ ਵਿਆਹ ਹੋਣਾ ਸਾਡਾ ਵਿਆਹ ਹੋਣਾ ਹਾਂ ਚੋਰੀ ਨਿਯਮ ਸਾਹਿਬ ਦੀਆਂ ਬੇਟੀਆਂ ਦੇ ਨਾਲ ਆਪਣੇ ਆਪ ਨੂੰ ਥੋੜ੍ਹਾ ਆਰਗੇਨਾਈਜ਼ ਕਰੋ ਕੀ ਕਰਨਾ ਕੱਪੜੇ ਅੱਛੇ ਅੱਛੇ ਪਾਓ ਜਾ ਕੇ ਵਾਲ ਠੀਕ ਨਾ ਲੱਗਦਾ ਚੂਹੀ ਨੇ ਸਿਹਰਾ ਲਾਇਆ ਜਿਸ ਤਰ੍ਹਾਂ ਕਹੇਗਾ ਕਰ ਲਾਂਗੇ ਜਿਸ ਤਰ੍ਹਾਂ ਕਹੇਗਾ ਤੇ ਕੁੜੀਆਂ ਆ ਰਹੀਆਂ ਕੁੜੀਆਂ ਆ ਰਹੀਆਂ ਨੇ ਚੱਲ ਠੀਕ ਵੇਖੀ ਧੋਖੇ ਨਾ ਕਿਤੇ ਸਾਡੇ ਨਾਲ ਆਪਣੀਆਂ ਭੈਣਾਂ ਨਾ ਵਿਆਹ ਦੇਈ ਆਏ ਨਹੀਂ ਵਿਆਹ ਨਾ ਮੈਂ ਦੇਣਾ ਸ਼ਾਹਰੁਖ ਖਾਨ ਜਾ ਉਹ ਉਹ ਤੂੰ ਥੱਲੇ ਕੀ ਖਾਈ ਜਾਂਦਾ ਨਾ ਅਮਰਾਦਾ ਪਤਾ ਨਹੀਂ ਸ਼ਿਮਲਾ ਮੈਂ ਕੁਝ ਬਣਾਵਾਂ ਨਾ ਬਣਾਵਾਂ ਨਾ ਸੁੱਤੇ ਖਲਵਾ ਕੇ ਬਣਾ ਮਾਮਾ ਥੱਲੇ ਸਿਗਰ ਬਣਾਉਣ ਦੇ ਸਿਰ ਤੇ ਲੱਸੀ ਦਾ ਗਲਾਸ ਪਾਇਆ ਤੈਨੂੰ ਹੋਸ਼ ਨਹੀਂ ਆਣ ਦੇ ਹੈ ਜੇ ਉਹਦੇ ਕੱਪੜੇ ਪਾਏ ਹੀਰੋ ਨੇ ਅੱਜ ਜਾ ਕੇ ਫਿਲਮ ਦੇਖ ਹਾਂ ਜੀ ਠੀਕ ਹੈ ਜਿਸ ਤਰ੍ਹਾਂ ਦੇ ਉਹਦੇ ਕੱਪੜੇ ਪਾ ਜਾ ਕੇ अच्छा मेरी बात सुनो हाँ जी चोई नियाम साहब यहाँ आ रहे आ रहे जी आ रहे ये बात सहन में रखना कि चोई नियाम साहब रात को यहाँ ठहरेंगे हाँ हाँ और सुबह ब्रेकफास्ट में वो डिनर लेंगे ओके कोई बात नहीं मेरी बीक कैसी लग रही है पर हम मारने के चोई शहर ना निकल के लड़ जाए तेरा संध्या ना सोना खराब हुई ओ यार की डडुआ ये इनका जो बड़ा बेटा ना हाँ उसने मुझे यहाँ पे टुच किया है टुच किया yes. पूरा मल्ला ही अंग्रेजा ना होया पे आके इसे ग्रीन स्ट्रीट खुले नाली उसने मुझे यहाँ पे भी टुच किया है इन्हें टुच लवाई जा रही पौड़ी है तू अंकल हमें माफ कर दो अंकल यहाँ से उठ जाओ हमारा फ्लश सिस्टम खराब है साड़ियाँ फ्लश सिस्टम ना लेके करेंगे ਜਿਹੜੇ ਮੁੰਡੇ ਨੇ ਟੁੱਚ ਕੀਤਾ ਉਹ ਹਲੀ ਇੱਥੇ ਹੀ ਹੈ ਮੈਂ ਕਿਹਾ ਉਹਨੂੰ ਜ਼ਰਾ ਫੈਟੀ ਤੇ ਲਾਈ ਉਹਨੇ ਲਾਂਤੀ ਨੇ ਕੀ ਕੀਤਾ ਇਹ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਨਾ ਤੂੰ ਮੈਸੇਜ ਮਾਰ ਕੇ ਬੱਚਿਆਂ ਨੂੰ ਸਮਝਾ ਕੀ ਹੁਆ ਡੈਕੋਰੇਸ਼ਨ ਪੀਸ ਦੇ ਪਾਣੀ ਨਾਲ ਧੋ ਲੈਂਦੇ ਬਗੈਰ ਦੇ ਉਹ ਤਾਂ ਮੁਸਲਮ ਸ਼ਾਵਰ ਲੱਗਾ ਤੇ ਉਹਦੇ ਨਾਲ ਖੇਡਣ ਡਿਆ ਕਹਿੰਦਾ ਆ ਆ ਇੰਜੋਏ ਕਰ ਰਿਹਾ ਉਹ ਡੋਂਟ ਵਰੀ ਕੁਝ ਨਹੀਂ ਹੁੰਦਾ ਥਿਸ ਇਜ਼ ਮਾਈ ਇੰਪੋਸੀਬਿਲਿਟੀ ਅੱਛਾ ਵੀ ਉਹ ਰੈਮੰਡ ਡੇਵਿਸ ਦਾ ਪੁੱਤਰਾ ਪਾਟ ਰੈਮੰਡ ਡੇਵਿਸ ਥਿਸ ਇਜ਼ ਅ ਪ੍ਰੋਵਿੰਸ਼ੀਅਲ ਅਸੈਂਬਲੀ ਆਈ ਐਮ ਮੈਂ ਪੰਜਾਬ ਅਸੈਂਬਲੀ ਅੰਗਰੇਜ਼ੀ ਤੇਰੀ ਵੀ ਰਾਜਾ ਰਿਆਸ ਵਾਲੀ ਵਾਟ ਰਾਜਾ ਰਿਆਸ ਰਾਜਾ ਸ਼ਿਦ ਵਾਟ ਰਾਜਾ ਰਿਆਸ ਸਿਰਫ ਉਹਨਾਂ ਕੋਲ ਮੇਰਾ ਸਰ ਮਿਲਦਾ ਹੈ ਜਦੋਂ ਵਾਟ ਫੇਰਦਾ ਨਾ ਫਿਰ ਰਾਜਾ ਰਿਆਸ ਹੀ ਯਾਦ ਆਉਂਦਾ ਆ ਜੀ ਕੀ ਹੋ ਗਿਆ ਕਿ ਤੇਰਾ ਮੇਰਾ ਬੇਟਾ ਜਿਸ ਨੇ ਟੁੱਚ ਗਈ ਹੈ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੈਂ ਤਾਂ ਮੈਂ ਕਹਿ ਰਹਾ ਹਾਂ ਪਾਗਲ ਹੈ ਵੋ ਜਾਹਲ ਹੈ ਸਮਝ ਆਈ ਕਿਉਂ ਬਹੁਤ ਹੀ ਪਾਗਲ ਹੁੰਦੇ ਮੈਂ ਜਾਹਲ ਹੈ ਤੂੰ ਹੈ ਨਾ ਕੌਣ ਪਾਗਲ ਹੈ ਕੌਣ ਜਾਹਲ ਹੈ ਹਾਂ ਬੇਟਾ ਸਮਝ ਆਈ ਟੈਨਸ਼ਨ ਨਾ ਹੋ ਮੇਰੇ ਲਈ ਮੈਂ ਤੁਮੇ ਜੁੱਤੀਆਂ ਮਾਰਤਾ ਅਭੀ ਅਗਰ ਮੇਰੀ ਮਦਰ ਸਾਥ ਨਾ ਖੜੀ ਹੁੰਦੀ ਠੀਕ ਹੈ ਆ ਹਾਏ ਇਹ ਆਪ ਕਿਤਨੀ ਛੋਟੀ ਸੀ ਮਦਰ ਹੈ ਹਾਂ ਮੈਂ ਇਸ ਦੀ ਬੀਵੀ ਹੂੰ ਠੀਕ ਕੀ ਹੋ ਗਿਆ ਆਪਕੋ आपको क्या कितने प्यारे क्यूट हाँ दो चाय तेज पत्ती की वहां पी क्या हो तेन मेरे को कले को गैरता आन रही है बात सुनो जी ये जो तुम्हारी बीवी से छोड़ दो क्यों तुम लगा से रिश्ता दे रहे हैं छोड़ दो थप्पड़ मारोगे मैं बदतमीज ना हो तो अरे क्या करती हैं आंटी आप आंटी की कुछ करती है देखो क्या कह रहे मेरा बेटा के जरा मैं उसे बताऊंगी सर टूची 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 करे डोंट वरी मामा डोंट वरी ओके हां देखो मैं कोई साले कुत्ते ने पोता छुट्टी दे जी चौके मेरे पीछे फिरदा मेनू मिर्गी पैंदी है मैंने कह दिया मैं अब भी देखना जरा मेरा बेटा आएगा
ਐਡਾ ਵੱਡਾ ਚੁੰਮਾ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਲਿਆ। ਓ ਯਾਰ ਓ ਮੂੰਹ ਤੇਰੀ ਮਾਂ ਫੇਕ ਚੁੰਮਾ। ਅੱਬਾ ਜੀ ਇਹਨੂੰ ਮੈਂ ਛੇੜਿਆ। ਓਕੇ ਓਕੇ ਬਾਹਰ ਮੈਨੂੰ ਇੱਕ ਬੰਦੇ ਨੇ ਦੱਸਿਆ ਵੀ ਇਹਦਾ ਟੱਚ ਸਿਸਟਮ ਹੈ। ਕੀ ਹੋ ਰਿਹਾ ਅੱਬਾ ਜੀ? ਈਜ਼ੀ ਲੋਡ ਕਰਨੇ ਲੱਗੋ ਬੇਟੇ। ਅੱਬਾ ਜੀ ਹੋਸ਼ ਕਰੋ, ਰਿਸ਼ਤੇ ਪਛਾਣਿਆ ਕਰੋ। ਮਾਈ ਗ੍ਰੈਂਡ ਫਾਦਰ। ਮੈਂ ਸ਼ਾਦੀ ਕਰਨੀ ਯਾਰ ਇਹਦੇ ਨਾਲ, ਮੈਂ ਹੈਜ਼ ਬਿਨ ਕਰਨਾ ਚਾਹਨਾ। ਇੱਧਰ ਮਰ ਜਾ ਕਿਧਰੇ, ਉਧਰ ਚੱਲ ਕੈਮ ਵਾਲੀ ਜਾ। ਅੰਮਾ ਦੇਖ ਪੰਮਾ, ਇਹਦੇ ਨਾਲ ਮੇਰੀ ਸ਼ਾਦੀ ਨਹੀਂ ਹੋ ਸਕਦੀ। ਇਹਦੇ ਨਾਲ ਨਹੀਂ ਹੋ ਸਕਦੀ ਤੇਰੀ ਸ਼ਾਦੀ, ਹੋ ਗਈ ਚੌਧਰੀ ਆਪਣਾ ਨਿਆਮਤ ਦੀ ਬੇਟੀ ਦੇ ਨਾਲ। ਕਿਹੜਾ ਚੌਧਰੀ ਨਿਆਮਤ? ਚੌਧਰੀ ਨਿਆਮਤ ਆਪਣਾ ਚੌਧਰੀ ਸ਼ੁਜਾਤ ਦਾ ਚਾਚਾ। ਕਿਹੜਾ ਚੌਧਰੀ? ਤੂੰ ਵਿਆਹ ਕਰਾਉਣਾ ਕਿ ਮਿੱਟੀ ਪਵਾਉਣੀ ਉੱਥੇ? ਉਹ ਇੱਕ ਚੌਧਰੀ ਨਿਆਮਤ ਸਾਡੇ ਪਿੰਡ ਵਾਲਾ ਹੁੰਦਾ ਸੀ, ਉਹ ਜਿਹੜਾ ਨਵਾਂ ਨਵਾਂ ਅਮੀਰ, ਉਹ ਮਿੱਲਾਂ ਦਾ ਮਾਲਕ। ਹਾਂ ਉਹਦੀ ਧੀ ਨਾਲ, ਉਹਦੀ ਧੀ ਦੇ ਨਾਲ। ਉਹ ਤਾਂ ਮਰੀਅਲ ਜੀ ਆਏ ਨੇ। ਆਹ ਠੀਕ ਹੈ, ਸੀਮਟ ਦਾ ਗੱਟੂ। ਪੁੱਤਰ ਵੀ ਸ਼ੌਕਤ ਤਰੀਨ ਨਿਕਲਿਆ। ਬੇਟਾ ਅੰਦਰ ਜਾਓ, ਆਪਣੇ ਆਪ ਕੋ ਆਰਗਨਾਈਜ਼ ਕਰੋ, ਕੱਪੜੇ ਬਦਲੋ, ਆਪਕੇ ਰਿਸ਼ਤੇ ਹੋ ਰਹੇ, ਜਾ ਕੇ ਫਿਲਮ ਦੇਖੋ, ਫਿਲਮ ਕੇ ਅੰਦਰ ਜਿਸ ਤਰ੍ਹਾਂ ਕੇ ਕੱਪੜੇ ਹੀਰੋ ਨੇ ਪਹਿਨੇ ਹੋਏ ਵੈਸੇ ਕੱਪੜੇ ਪਹਿਨੋ। ਓਕੇ ਜਾਓ ਵੇਖੋ ਧੋ ਕੇ ਜਿਵੇਂ ਹੀਰੋ ਪਾਉਂਦਾ ਉਂਝ ਪਾਉਣਾ। ਹਾਂ ਓਕੇ ਓਕੇ। ਕਿ ਨਾਲ ਬੱਚਾ ਜਲੇਬੀਆਂ ਵੀ ਵੇਚਦਾ ਤੁਹਾਡਾ? ਹਾਂ ਵੀ ਜਾ ਕੇ ਕੱਪੜੇ ਉਤਾਰਦੇ ਆ। ਉਤਾਰਦੇ ਨਹੀਂ, ਕਹਿੰਦੇ ਕਹਿੰਦੇ ਬਦਲਦੇ ਕੱਪੜੇ, ਚੇਂਜ ਕਰੋ। ਚੇਂਜ ਕਰੋ, ਚੇਂਜ ਕਰੋ। ਉਹ ਜੋ ਮੈਂ ਸਮਾਨ ਲਿਆ, ਜੀਨਸ ਦਾ ਥੈਲਾ ਨਹੀਂ ਲਾਇਆ? ਹਾਂ ਥੈਲਾ ਉਹ ਚੜਾ ਕੁੱਖਾ ਚੁਗਦੀ। ਯੂ ਕਮ ਓਕੇ, ਯੂ ਕਮ ਸੋ ਯੂ ਗੋ ਕੀ ਬਣਾਏ? ਬੱਚੀਆਂ ਦੀ ਸ਼ਾਦੀ ਕਰਨੀ ਜਨਾਬ, ਪਤਾ ਜਨਾਬ ਅੱਲਾ ਦਾ ਦਿੱਤਾ ਬੜਾ ਕੁਛ ਹੈ। ਭਾਈ ਪੈਸੇ ਦੀ ਕੋਈ ਕਮੀ ਨਹੀਂ ਪੁੱਤਰ ਆਪਣੇ ਕੋਲ, ਇੱਕ ਇੱਕ ਬੱਚੀ ਦੇ ਨਾਲ ਇੱਕ ਇੱਕ ਮਿਲ ਜਾਣੀ ਇੱਥੇ, ਭਾਈ ਕਮਾਇਆ ਕਰਨੇ ਵਾਸਤੇ ਬੱਚਿਆਂ ਵਾਸਤੇ। ਇੰਡੀਆ ਦੇ ਤੌਰ ਦਾ ਪੈਸਾ ਆਪਣੇ ਕੋਲ ਜਨਾਬ, ਉਹ ਤਾਤੇ ਤੋਂ ਪੈਸਾ ਕਮਾਉਂਦੇ ਆਏ ਜਨਾਬ, ਸਾਤੀ ਮਿੱਲਾਂ ਲਾਈਆਂ ਅਸੀਂ ਆਪਣੀਆਂ। ਭਾਈ ਮੈਂ ਬੱਚੀ ਦੇ ਨਾਲ ਇੱਕ ਇੱਕ ਕਰਦੇ ਨਾਲ ਆਪਣੇ ਜੁਆਈ ਨੂੰ, ਭਾਈ ਇੱਕ ਇੱਕ ਗੱਡੀ ਦੇ ਦੇਣੀ ਆਪਣੇ ਜੁਆਈ ਨੂੰ, ਇੱਕ ਇੱਕ ਮੰਗਲਾ ਦੇ ਦੇਣਾ ਆਪਣੇ ਜੁਆਈ ਨੂੰ, ਪੈਸਾ ਪਾਣੀ ਨੂੰ ਵਹਾ ਦੇਣਾ ਮੈਂ ਇੱਥੇ। ਇਹਨਾਂ ਨੇ ਮੂੰਹ ਕੱਢਣਾ, ਪੈਸਾ ਕੱਢਣਾ ਚਾਹੀਦਾ, ਮੈਂ ਪੈਸਾ ਵਹਾ ਦੇਣਾ ਇਹਨਾਂ ਨੂੰ। ਇਹਨਾਂ ਨੂੰ ਪਤਾ ਲੱਗੂ ਰਿਸ਼ਤਾ ਇਹਨਾਂ ਨੇ ਕਿੱਥੇ ਕੀਤਾ, ਚੌਧਰੀ ਨਿਆਮਤ ਨੂੰ ਇਹ ਜਾਣਦੇ ਕੋਈ ਨਹੀਂ, ਮੈਂ ਇੱਥੇ ਪੈਸੇ ਦੇ ਢੇਰ ਲਾ ਦਊ, ਇਹ ਕਹਿਣ ਦੀ ਸਿਸਟਮ ਹੋਣਾ ਚਾਹੀਦਾ ਗਾ। ਭਾਈ ਪੈਸੇ ਨੂੰ ਅੱਗ ਲਾਉਣੀ, ਜਦ ਬੱਚਿਆਂ ਦੇ ਕੰਮ ਹੀ ਨਾ ਆਇਆ। ਭਾਈ ਇਹਨਾਂ ਨੇ ਮੰਗਣੇ ਬੈਗ ਮੈਂ ਦੇ ਦੇਣੇ, ਭਾਈ ਲੱਖਾਂ ਕਹਿਣ ਲੱਖਾਂ ਦੇ ਦਊ, ਭਾਈ ਮੈਂ ਕਰੋੜਾਂ ਰੁਪਇਆ ਦੇ ਦਊ, ਮੈਂ ਇੱਥੇ ਇਹਨੂੰ ਬੰਗਲਾ ਬਣਾ ਦਊ, ਮੈਂ ਮੱਲਾ ਨਵਾਂ ਬਣਾ ਦਊ, ਮੈਂ ਸੜਕਾਂ ਬਣਾ ਦਊ, ਇਹ ਜੋ ਕਹਿਣ ਦੇ ਬਣਾ ਦਊ। ਚੌਰੀ ਨਿਆਮਤ ਤੇਰਾ ਨਾਂ ਹੈ, ਤੇਰੀਆਂ ਤਿੰਨ ਧੀਆਂ ਨੇ, ਤਿੰਨੋਂ ਧੀਆਂ ਇੱਥੇ ਜਾਣੀਆਂ ਨੇ, ਪੈਸਾ ਤੇਰੇ ਕੋਲ ਬੜਾ ਜੇ, ਇੰਡੀਆ ਦੇ ਦੌਰ ਦਾ ਤੇਰੇ ਕੋਲ ਪੈਸਾ ਜੇ, ਅੱਲਾ ਨੇ ਕਿਸੇ ਚੀਜ਼ ਦੀ ਕਮੀ ਛੱਡੀ ਨਹੀਂ ਹੈ, ਕੱਲੀ ਕੱਲੀ ਤੈਨੂੰ ਤਾਂ ਮੈਂ ਦੇਣੀ ਹੈ, ਹਰ ਤੀਜ਼ ਨੂੰ ਪੈਸਾ ਬੜਾ ਦੇਣਾ, ਕਮੀ ਤੇ
ਹੁਣ ਮਾਰੀ ਮੈਂ ਅੱਛਾ ਉਹ ਤਾਂ ਮੁਸਲਮਾਨ ਬਣੇ ਨੇ ਬਗੈਰਤ ਦੇ ਬੱਚੇ ਦੱਸੋ ਚੌਧਰੀ ਨਿਆਮਤ ਨੂੰ ਤੂੰ ਛਿੱਟਣ ਵਾਲੇ ਨੇ ਜੀ ਮਾਰੇ ਨੇ ਤੂੰ ਕੋਈ ਪਹਿਲਾ ਬੰਦਾ ਨਹੀਂ ਇਹਨੇ ਛਿੱਟਣ ਮਾਰੇ ਮੈਨੂੰ ਆਪਣਾ ਤਾਰਕ ਦਾ ਜਾਣਾ ਖਾਣ ਪੀਣ ਲਈ ਪੁੱਛਿਆ ਕੁਛ ਨਹੀਂ ਛਿੱਟਣ ਮਾਰਨਾ ਸ਼ੁਰੂ ਕਰ ਦੇ ਕਰਵਾ ਤਾਂ ਤੇਰੇ ਪੈਰਾਂ ਦੇ ਲੋ ਜ਼ਮੀਨ ਨਿਕਲ ਜਾਣੀ ਦੱਸ ਤੇ ਸਹੀ ਤੂੰ ਹੈ ਕੌਣ ਹੈ ਬੇਟਾ 1800 ਰੁਪਇਆ ਤਨਖਾਹ ਤੇ ਨੌਕਰ ਆ ਇਸ ਘਰ ਦਾ ਪਰ ਖੁਦਾ ਤਰੇ ਹਾਂਜੀ ਐ ਛਿੱਟਣ ਮਾਰ ਮੈਂ ਪਹਿਲੀ ਦਫਾ ਕਿਤੇ ਛੋਟੇ ਬੰਦੇ ਕੋਈ ਛਿੱਟਰ ਖਾਦੇ ਆ ਇਹਦੀ ਸੱਟ ਨਹੀਂ ਲੱਗੀ ਹਾਂਜੀ ਹਾਂ ਇਹ ਵੀ ਮਾਰ ਦਿੰਦੇ ਪਾਣੀ ਬਹੁਤ ਹੈ ਇਹਦੀ ਸੱਟ ਲੱਗ ਗਈ ਬਾਹਰ ਆ ਜਾ ਉਹ ਤਕਰੀਬਨ ਰਿਛਾ ਓ ਮਾਈ ਫਾਦਰ ਪਹਿਚਾਣ ਤੇ ਸਹੀ ਉਹ ਠਹਿਰਾ ਤੈਨੂੰ ਪਤਾ ਯਾਰ ਲੱਤ ਕਿੱਥੇ ਵੱਜੀ ਕੋਈ ਤੇ ਅਕਲ ਕਰਨੀ ਚਾਹੀਦੀ ਬੰਦੇ ਨੂੰ ਬਰਖਦਾਰ ਨੂੰ ਤਨਖਾਹ ਨਹੀਂ ਦਿੰਦੇ ਤੁਸੀਂ ਕਮ 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 ये छोटी नियामत साहब है इनकी बेटियों के साथ मेरे बेटों के रिश्ते होने हैं पता है मुझे ए, कुछ खाने पीने को दिया नाल नाल खा रहे हैं बस खाएंगे कुछ खाएंगे गर्म तो बहुत खा लिया कुछ ठंडा हो जाए ठंडा भी हो जाता है इसे तरह इस्तेमाल करते हो घर आए बंदे ओहो मेरा सारी जड़ी करता हो अच्छा आप ये बताएं कि अपना बच्चियां आपकी साथ है या घर पर बच्चियां मैं नाल लेके आया जनाब बच्चियां साथ है बुला माशाल्लाह बच्चियां प्लीज कॉल योर गर्ल अच्छा जी प्लीज प्लीज कॉल गर्ल ओ भाई दिमाग है तेरे ठिकाने होश है तेन क्या हुआ वो कह रहा कॉल द गर्ल वो कह रहा कॉल गर्ल मैं नो 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 द कॉल गर्ल हां द कॉल गर्ल यार ये कोई गल है या पहले वो कह दो या बाद में कह दो ਅੰਗਰੇਜ਼ੀ ਬੋਲਣ ਦਾ ਸ਼ੌਕ ਹੈ ਇਹਦੀ ਅੰਗਰੇਜ਼ੀ ਤੇ ਨਹੀਂ ਜਾਣਾ ਇਹਦੇ ਤਰਜਮੇ ਤੇ ਜਾਣਾ ਤਵਾਇਫ ਦਾ ਮਤਲਬ ਕੀ ਹੈ ਬਹੂ ਮੈਨੂੰ ਪੈਕ ਕਰ ਦੇ ਯਾਰ ਮੈਨੂੰ ਮੇਰੀ ਬੇਟੀ ਨੂੰ ਕਰੈਕਟ ਕਰ ਰਿਹਾ ਹੈ ਪਹਿਲੇ ਤਰਜਮਾ ਸੁਣ ਲੈ ਪੈਂਪਰ ਦੇ ਮੂੰਹ ਵਾਲੇ ਪਹਿਲੇ ਤਰਜਮਾ ਤਰਜਮਾ ਕਰੈਕਟ ਦਾ ਮਤਲਬ ਕੀ ਜਨਾਬ ਸ਼ਰੀਫ ਔਰਤ ਸ਼ਰੀਫ ਔਰਤ ਨੋ ਇਹ ਆਪਣੀ ਅੰਗਰੇਜ਼ੀ ਬਾਨ ਸੀ ਆਪ ਨੂੰ ਆਈਏ ਅੱਛਾ ਵੀ ਤੁਹਾਡੀ ਅੰਗਰੇਜ਼ੀ ਦੀ ਉਰਦੂ ਮਾਰਾ ਓ ਮਾਈ ਗੋਡ ਨੋ ਪ੍ਰੋਬਲਮ ਮਾਈ ਡੀਅਰ ਹਾਈ ਸੀ ਡੀਅਰ ਪਲੀਜ਼ ਕਮ ਨੀਅਰ ਓ ਆਈ ਨੇ ਨਿਕਾਲਾ ਤੁਮਨੇ ਨਿਕਾਲਾ ਹੈ ਮੈਨੇ ਓ ਵੈਰੀ ਵੈਰੀ ਤੇਰੀ ਭੈਣ ਕੀ ਕਰ ਰਹੇ ਹੋ ਮੈਂ ਬਰਾਬਰੀ ਕਰ ਰਹਾ ਹਾਂ
अगर मेरे च गैरत होंदी ते हुणी बंदा मर जाना सी मेरे उत्ते ओ हरकत कर जड़ी मैं नहीं कर सका इसीलिए तो नहीं की ओ माय डियर अंकल प्लीज प्लीज आई एम अवेलेबल नो प्रॉब्लम आई एम अवेलेबल एनी टाइम प्लीज यूज यूटिलाइज मी रियली डेली ओ गॉड मैं बोलता गलत हां समझ मेनू सारी आउंदी है मतलब दसो यार मेरे बेटे की बीवी जो हुई वो मेरी वाइफ ना हुई यार आप लोग अनपढ़ हैं कम अज कम थोड़ी बहुत आपकी एजुकेशन होती ये तो अभी दे रहा है आस्ते से जाएगा ये अंकल अंडा भी देता है अंडा देता है ये तो किसी को एक मिनट नहीं देता शुक्र करो आज अंडा दे रहा है मैं अभी आपको अपने बच्चे दिखाता हूँ okay. अल्लाह के फजलो करम से तीनों मुंडे जो हैं चांद के टुकड़े हैं चांद के नौ नौ माँ मैंने अपने पेट में रखे हैं भाई एक मिनट नहीं मैं रुकना बजा ओने मुंडे अपने पेट में रखे ने पेट से नहीं पेट पे रखे हैं अब भाई यहाँ बिठा के खिलाता रहा मैं जो ना मेरे पापा मैं नौ मुंडे सन तीन दिन घुट घुट के मारते ने बगैर दे मैं आपको ये अपना थर्ड वैरायटी सुटू भाई ना दिन ये लड़की ठीक नहीं है क्यों जी इसको गंजे के साथ मंजे का भी पता है आप उसे माफ कर दो गंजे लीला भंसाली ओके अंकल हैव अ सीट प्लीज 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 थोड़ा नाल हो जाओ मैं शेख बुनती कर जाना जनाब नहीं ये लेडी सीट है आप इधर टापे पे आ जाएं टापा टापा की है भाई टापे का मतलब है कि आप मेरे वाली सीट पे आ जाएं गंदे लोग हैं आप अंकल अच्छा ये मैं आपको बता दूं इतना प्यारा खूबसूरत घर है ये मैं आपको बता दूं कि ये जो कुछ अल्लाह पाक ने मुझे नवाजा है ये मेरा बेटा है एक साइन अच्छा ये सब कुछ अल्लाह पाक ने उसकी बदौलत उसकी दुआओं से दिया है दुआ बड़ी लगती है 3 करोड़ का घर है ये ओनली 3 करोड़ नो 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 33,000 रुपीज वो तो तेरे हिसाब डालते जाने तो बगैर था कैसे तेरा जिन्ना का कैलकुलेटर का सिरे बगैर था जल्दी बुलाओ मुझे आकर आई है आ, तुम्हें तो आकर आई है इसके साईं को तुम्हें नहीं पता उसको वो आकर आई जो बिल्कुल आखर पे आती है अच्छा अभी आपको मैं तीनों वैरायटियां दिखा देता हूँ अच्छा जी पहला बेटा आप देखेंगे आप हैरान हो जाएंगे शाहरुख खान को भूल लेंगे आप अच्छा जी आमिर खान तो उसके सामने ठहरता ही नहीं है और बाकी नहीं सलमान की बात वो तो उसके सामने भाता ही नहीं है बासी आला गंदी गाल काट रहा है चीर के रख देना मैंने पेंट पानी मेरी उंगल आ गई जिस तरह मैं सारी लाल हो गई है वेख ले यकीन तेन नहीं आ रहा ना पहले गल समझ लिया करो राणा सुनाओ ना ए होटल है क्या भाई और
ਦੱਸਤਾ ਤੇਰੇ ਪਿਓ ਨੇ ਮੰਗਵਾਈਆਂ ਨੇ ਭਾਈ ਇਹ ਲੜਕੀਆਂ ਮੈਨੇ ਮੰਗਵਾਈ ਹੈ ਕੁੜੀਆਂ ਮੰਗਵਾਉਣੀਆਂ ਹੈ ਅਸੀਂ ਦੋਹਾਂ ਗੱਲ ਕਰ ਤੇਰੇ ਮਾਹੌਲ ਬੁਲਾਏ ਨੇ ਤੂੰ ਇੱਥੇ ਆ ਭਾਈ ਤੂੰ ਮੇਰੀ ਬਾਤੋਂ ਕਾ ਨਹੀਂ ਪਤਾ ਪਹਿਲੇ ਪੂਰੀ ਬਾਤ ਸੁਣਤੇ ਹੈ ਪਾਪਾ ਤੁਮ ਤੀਨੋਂ ਭਾਈਓਂ ਕੀ ਸ਼ਾਦੀਆਂ ਹਾਂਜੀ ਇਨ ਤੀਨੋਂ ਟ੍ਰਿਪਲ ਐਕਸ ਸਿਸਟਰ ਕੇ ਸਾਥ ਹੋਗੀ ਪੂਰੀ ਬਾਤ ਤਾਂ ਪਹਿਲੇ ਸੁਣੋ ਕਿਆ ਬੰਦਾ ਹੈ ਤੁਹਾਰਾ ਤੁਹਾਰੇ ਨਾਮ ਸਾਇਰਾ ਹਾਂ ਸੁਮੈਰਾ ਔਰ ਸਾਜਦਾ ਕਿਆ ਹੁਆ ਟ੍ਰਿਪਲ ਐਸ ਬੀ ਤੇ ਇੰਜ ਕਮੇ ਨਾ ਫਰੇ ਕੀ ਕਹਿ ਰਿਹਾ ਮੈਨੂੰ ਗਲਤ ਸਮਝ ਆਈ ਹੈ ਮੇਰਾ ਪਾਪਾ ਤੇ ਬੜਾ ਪੜਿਆ ਲਿਖਿਆ ਹੈ ਅੱਛਾ ਵੀ ਸਾਈਂ ਤੈਨੂੰ ਕੁਛ ਨਹੀਂ ਕਹਿਣਾ ਅੱਲਾ ਭਲਾ ਕਰੇ ਇਸ ਡਰਾਮੇ ਦੇ ਡਾਇਰੈਕਟਰ ਓਏ ਹੋਏ ਨੀਗਾ ਡਰਾਮੇ ਦੇ ਡਾਇਰੈਕਟਰ ਨੇ ਮੈਨੂੰ ਭੈਣ ਦਿੱਤੀ ਹੋਈ ਹੈ ਅੱਲਾ ਕਰੇ ਤੇਰੇ ਘਰ ਛੇ ਲੱਤਾਂ ਵਾਲਾ ਮੁੰਡਾ ਹੋਵੇ ਪਾਗਲ ਹੋਈ ਵਾਧੂ ਆ ਦੇ ਗੋਡਿਆਂ ਤੇ ਫੋੜੇ ਨਿਕਲਣਗੇ ਘੁੰਮਣ ਤੂੰ ਬੈਠੀ ਰਹੇਗੀ ਪਾਗਲ ਲੱਭਣ ਸਾਈ ਆਦਮੀ ਦੀ ਬਦਵਾ ਇੰਜ ਲੱਗਦੀ ਹੈ ਅੱਛਾ ਇਹਨੇ ਪਿਛਲੇ ਹਫਤੇ ਬਦਵਾ ਦਿੱਤੀ ਯਾਰ ਲਾ ਮੇਰਾ ਪਿਓ ਮਰ ਜਾਏ ਬਾਹਰ ਪਾਨਾ ਵਾਲਾ ਮਰ ਗਿਆ ਜੀ ਹਾਂਜੀ ਹਾਂਜੀ ਬੜਾ ਬਦਲਾ ਲਿਆਈ ਹੈ ਬਦਵਾ ਦੀ ਨਾ 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 ਮੇਰਾ ਸੋਨਾ ਬਦਵਾ ਨਹੀਂ ਦੇਈ ਨਾ ਮੇਰਾ ਪਾਲਾ ਦੁਗਲਾ ਬਦਲਾ ਪੂਰਾ ਕੰਮ ਕਰੋ ਨਾ ਨਾ ਮੇਰਾ ਸੋਨਾ ਇਹਨਾਂ ਪਾਲਾ ਬੱਚਾ ਹੈਗਾ ਇਹਨਾਂ ਕੋਲ ਲੱਗਦਾ ਮੱਝ ਚੋਣ ਲੱਗੀ ਹੈ ਤੂੰ ਹਾਂਜੀ ਬੜੀ ਦੁਆਵਾਂ ਲਓ ਮੇਰੇ ਕੋਲ ਤੁਸੀਂ ਅੱਛਾ ਚਲੋ ਫੇਰ ਮੇਰੇ ਇੱਕ ਦੋ ਸਵਾਲਾਂ ਦਾ ਤੂੰ ਮੈਨੂੰ ਜਵਾਬ ਦੇ ਦੇ ਦੱਸ ਦੱਸ ਮੇਰੇ ਹੱਥ ਪਿਆਰ ਦੀ ਲਕੀਰ ਹੈ ਕਿਉਂ ਨਹੀਂ ਇੰਨਾ ਸੋਹਣਾ ਹੱਥ ਅੱਛਾ ਕਿਉਂ ਨਹੀਂ ਲਕੀਰ ਹੋਣੀ ਆਏ ਇਹਦੇ ਚ ਪਿਆਰ ਦੀ ਲਕੀਰ ਨਹੀਂ ਹੋਣੀ ਸਭ ਤੁਹਾਡੀ ਤਫੈਲ ਹੀ ਹੋ ਰਿਹਾ ਜੇ ਦੋ ਵਾਰੀ ਲਿਖਿਆ ਬਗੈਰਾ ਅੱਛਾ ਲਿਖੀ ਦੋ ਸਨ ਮਾਫੀ ਚਾਹੁੰਦੀ ਤੇ ਪੱਠੇ ਖਪਾਈ ਚੁੰਮੀ ਜਾਂਦਾ ਤੇਰੇ ਸਦਕੇ ਜਾਵਾਂ ਆਪਾਂ ਖੱਬਾ ਚੁੰਮਿਆ ਸੱਜੇ ਨਾਲ ਆਈਸਕ੍ਰੀਮ ਬਣਾਉਂਦੀ ਹੈ ਨਾ ਮੇਰਾ ਸੋਨਾ ਹਾਂਜੀ ਚਲ ਹੋ ਦੱਸ ਦੇ ਪੁੱਛ ਮੈਂ ਦੱਸ ਕੇ ਮੇਰੀ ਕਿਸਮਤ ਚਲੋ ਖੁੱਲੇਗੀ ਤੇਰੀ ਕਿਸਮਤ ਖੁੱਲਣ ਵਾਲੀ ਹੈ ਸਾਈਂ ਤੇਰਾ ਸਾਈਂ ਨਾਲ ਟਾਂਕਾ ਫਿਰ ਗਿਆ ਨਾ ਤੇਰੀ ਕਿਸਮਤ ਖੁੱਲਣ ਵਾਲੀ ਹੈ ਤੇਰੀ ਬਹੁਤ ਜਲਦੀ ਕਿਸਮਤ ਤੂੰ ਨਾ ਸਵੇਰੇ ਉੱਠ ਕੇ ਇਸ ਤੱਕ ਬੋਲਦਾ ਛਿਲਕਾ ਖਾਇਆ ਕਰ ਤੇਰੀ ਕਿਸਮਤ ਖੁੱਲ ਜਾਏਗੀ ਮੇਰੇ ਆਪੇ ਦੀ ਵੀ ਇਸ ਤਰ੍ਹਾਂ ਹੀ ਖੁੱਲੀ ਸੀ ਮੇਰਾ ਆਸ਼ਿਆਨਾ ਤੇ ਬੁਲੰਦੀ ਬਣਾ ਦਿਓ ਇਹਦੇ ਨਾਲ ਹੋ ਗਿਆ ਰਿਸ਼ਤਾ ਤੁਸੀਂ ਬੈਠੋ ਚਲੋ ਸ਼ੁਕਰੇ ਸਾਡਾ ਵੀ ਹੋਇਆ ਸੁਸਰ ਜੀ ਤੁਸੀਂ ਵੀ ਬੈਠੋ ਥੈਂਕ ਯੂ ਮਾਫੀ ਚਾਹੁੰਦਾ ਬੜੀ ਬਦਤਮੀਜ਼ੀ ਕੀਤੀ ਇਹ ਕੀ ਪੀਓਗੇ ਤਾਂ ਜੂਸ ਪਿਆ ਦੇ ਅੱਛਾ ਜੀ ਕਿਹੜਾ ਅਨਾਨਾਸ ਦਾ ਪਿਆ ਹੈ ਅਨਾਨਾਸ ਦਾ ਸੁਣਿਆ ਕਿੱਥੋਂ ਹੈ ਇੰਗਲਿਸ਼ ਬਾਅਦ ਚ ਬੋਲੀ ਮੇਰਾ ਅੰਦਰ ਵੇਖ ਲਾ ਨਹੀਂ
ਬਾਪੂ ਮੇਰਾ ਅੰਦਰ ਵੀ ਪਾ ਕੇ ਆ ਗਿਆ ਮਹਿਮਾਨ ਦਾ ਪੁੱਤਰ ਬਣ ਮਹਿਮਾਨ ਖਲੋਤੇ ਨੇ ਤੇਰੇ ਪਿਓ ਦਾ ਹੈਗਾ ਮੇਰਾ ਹੈਗਾ ਜੋ ਅਜਾ ਬੱਚਾ ਏਡਾ ਖੁੱਲਾ ਇੰਟਰਵਿਊ ਵੱਡਾ ਬਕਸੂਆ ਲਾ ਕੇ ਫਿੱਟ ਕੀਤਾ ਐਕਚੁਅਲੀ ਨਾ ਕਰ ਐਕਚੁਅਲੀ ਇੱਕ ਲੱਤ ਪਾਈ ਇਸ शरबत पीले मैं बर्फ ले आनी है बड़ी फेवर की थी अपने आपू पागल ना एक्चुअली ये मेरा लाडला ਚਬਲ ਜਿਹੀ ਨਾ ਵਿੱਚ ਇੱਕ ਦੂਜੇ ਦਾ ਰੋਹਬ ਕਾਇਮ ਕਰੀ ਜਾਂਦਾ ਪੁੱਤਰ ਮੈਂ ਕੱਢ ਲੈਣਾ Okay. Baby. Yeah, babe. You know I am. Who are you? She is Big B. Yes. She is Big B. Wo, aapne wo dekha hoga program, Kaun Banega Crorepati? Uh-huh. She was my idea. She was. Oh, that was kehte hain. Yes, wo maine shuru karna tha. Achha. To unhone shuru kar diya? अगर आप मेरे एक प्रश्न का एक उत्तर देंगी okay. मैं आपको कल शाम तक दो पुत्र दूंगा कि अगर आप मेरे प्रश्न प्रश्न मीन सवाल का उत्तर उत्तर मीन जवाब देंगी तो केवल मैं आपको दो पुत्र दूंगा yes. पुत्र भी खोते के पुत्र दे ही जाने अंडरवेयर दिता नहीं जा रहा या कर आपसे सवाल ये है शेख रशीद की जात क्या है वारे वार पहले जनरल नॉलेज का सवाल वेरी इजी मैं आपको चार ऑप्शन दूंगा ए राणा बी टवाणा सी रंधावा डी जट मेरा ख्याल है शेख रशीद जट है वो भी उनको पढ़ी लिखी अल्लाह ने दो तालीम आखिरी दे दी थी अब वो भी मेरा पहला की है जी पहला राणा जी दूसरा टवाणा और तीसरा मेरा अंडरवेयर लाना तेनू जेन चा की मैं तेरी परछाई है मेरी बीवी होना तो मेरे लिए कैड़ी है तेरा ही लब ले आप इधर आए अबू तुसी साडे वड्डे तुसी थल्ले बैठो तेरी इतनी शादी होनी है एदे नाल ए जहर बुखारी नाल ओए मैं कुड़ी फसा लई है कैसे बताई सोफे दे विच फसा ले वो जे तुसी के आ गए ने लो फिर ए आ गए ते ए के हेलो हेलो ਅਦਰ ਘੁੰਮ ਕੇ ਵਾ ਘੁੰਮ ਕੇ ਘੁੰਮ ਕੇ ਆਹੋ ਜੇ ਲਈ ਵਾਰ ਵਾਰ ਤੁਹਾਡਾ ਘੁੰਮਣਾ ਬਹੁਤ ਹੈ ਥੱਲੇ ਬੈਠ ਥੱਲੇ ਬੈਠੋ ਆ ਹਲੋ ਆ ਕੁਮਣੀ ਆ ਵਾ ਐ ਕੁਮਣੀ ਠੀਕ ਹੈ ਆਓ ਅੰਦਰ ਆਓ ਅੰਦਰ ਬੈ ਗੱਲ ਕਰ ਲੈਂਦੇ ਹੈ ਹਲੋ ਕਾਕੇ ਭਾਬੀ ਤੇਰੀ ਆ ਜਾ ਭਾਬੀ ਹਾਂਜੀ ਇਹ ਕੌਣ ਹੈ ਅਸਲਾਮ ਅਸਲਾਮ ਇਹ ਮੇਰੀਆਂ ਬੱਚੀਆਂ ਨੇ ਜੀ ਅੱਛਾ 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 ਇਹ ਕੌਣ ਹੈ ਹਾਂ ਇਹ ਕੌਣ ਹੈ ਇਹ ਕੁਵੈਤ ਔਰਤਾਂ ਲੈ ਕੇ ਜਾਂਦਾ ਹੈ ਜੀ ਆਪਣਾ ਕੁੜੀਓ ਆਪਣੇ ਪਿਓ ਭਰਾਵਾਂ ਨੂੰ ਮਿਲ ਲਓ ਫਲੈਟ ਦਾ ਟਾਈਮ ਹੋਇਆ ਨਿਕਲੀ ਇਹ ਸ਼ਖਸ ਹੈ ਕੌਣ ਇਹ ਇਨਕਾ ਬੇਟਾ ਹੈ ਆਪਕੀ ਬੇਟੀ ਕੇ ਸਾਥ ਇਸਕੀ ਸ਼ਾਦੀ ਹੋਗੀ ਔਰ ਆਜ ਇਸ ਖੁਸ਼ੀ ਕੇ ਮੌਕੇ ਪਰ ਮੈਨੇ ਇੱਕ ਐਸੇ ਸ਼ਖਸ ਕੋ ਯਹਾਂ ਪਰ ਦਾਵਤ ਦੀ ਹੈ ਜੋ ਹਸਾ ਹਸਾ ਕੇ ਆਪਕੋ ਜ਼ਲੀਲ ਕਰ ਦੇਗਾ ਨਹੀਂ ਯਾਰ ਨਹੀਂ ਦਿਲ ਦੀਆਂ ਲੱਗੀਆਂ ਸੁਤਾਈ ਨਹੀਂ ਉੱਠਿਆ
ਖਾ ਗਿਆ। ਮੈਂ ਸ਼ੇਰ ਨੂੰ ਪੁੱਛਿਆ, ਮੈਂ ਕਿਹਾ ਤੂੰ ਇਹਦੇ ਭਰਾ ਨੂੰ ਕਿਉਂ ਖਾਦਾ? ਸ਼ੇਰ ਕਹਿੰਦਾ ਉਹ ਇਸ ਬਗੈਰਤ ਨੇ ਮੇਰਾ ਦਿਮਾਗ ਹੀ ਖਰਾਬ ਕਰਤਾ, ਆ ਤਿੰਨਾਂ ਘੰਟਿਆਂ ਤੋਂ ਮੈਨੂੰ ਹੀ ਕਹੀ ਜਾਂਦੇ ਆ ਉਹ ਏਡੀ ਵੱਡੀ ਬਿੱਲੀ। ਆਪ ਸਾਲਾ ਡਾਕਟਰ ਕੋ ਗਿਆ, ਡਾਕਟਰ ਸਾਹਿਬ ਦਾੜ ਕੱਟ ਲੋਗੇ? ਉਹ ਕਹਿੰਦਾ ਮੈਂ ਵਿਹਲੇ ਹੀ ਭਾਵੇਂ ਭੈਣ ਕਢਾ ਲਾ। ਜੁਗਤ ਕਰਨ ਦਾ ਏਡਾ ਹੀ ਸ਼ੌਕ ਦਾ ਤੇ ਸਾਲਿਆ ਢੋਲਕੀ ਵਾਲਾ ਆਪਣਾ ਲਿਆ। ਉਹ ਮੈਂ ਉਹਨੂੰ ਤਨਖਾਹ ਦਿੱਤੀ ਆ, ਤੂੰ ਉਹਨੂੰ ਭੈਜਦੀ ਆ। ਭਜਾ ਭਜਾ ਘਰ ਆਇਆ ਤੇ ਬੇਬੇ ਨੂੰ ਕਹਿੰਦੀ ਮੈਂ ਕਿੱਥੇ ਸਹਿ ਤੇਰੀ ਭੈਣ ਦੌੜ ਗਈ। ਅੱਗੋਂ ਕਹਿੰਦਾ ਹੋਰ ਕਰੋ ਪੈਪਸੀ ਬੈਠਾ ਦੀ। ਤੁਸੀਂ ਪਰੇਸ਼ਾਨ ਨਾ ਹੋ, ਤੁਸੀਂ ਅੰਮੀ ਵਾਲੀ ਢੋਲਕੀ ਲੈ ਆਓ ਬੇਟਾ, ਕਿਰਾਏ ਤੇ ਗਈ। ਇਹਦੀ ਬੇਬੇ ਨੇ ਇਹਨੂੰ ਕਿਹਾ ਪੱਖਾ ਤੇ ਹੌਲਾ ਕਰ, ਇਹਨੇ ਉਹਦੇ ਪਾਰ ਲਾ ਤੇ। ਭਾਈ ਜੀ ਮੈਨੂੰ ਕੁਛ ਨਾ ਕਹਿਣਾ, ਕਿਉਂ? ਮੇਰੇ ਨਾਲ ਫੈਮਿਲੀ ਹੈ। ਭਜਾ ਭਜਾ ਘਰ ਆਇਆ, ਇਹਦੀ ਬੇਬੇ ਨੂੰ ਕਹਿੰਦੀ ਇਹਨੇ ਆ ਕੇ ਆਪਣੀ ਬੇਬੇ ਨੂੰ ਕਿਹਾ, ਇਹਨੇ ਆ ਕੇ ਆਪਣੀ ਬੇਬੇ ਨੂੰ ਕਿਹਾ ਅੰਮੀ ਜ਼ਲਜ਼ਲਾ ਆਇਆ। ਅੱਗੋਂ ਉਹ ਵੀ ਪਾਗਲ ਕਹਿੰਦੀ ਬੈਠਕ ਚ ਭਾ ਮੈਂ ਆਉਂਦੀ ਆ। ਇਹਦੀ ਭੈਣ ਨੂੰ ਡਾਕੂ ਚੁੱਕ ਕੇ ਲੈ ਗਏ, ਇਹਦੀ ਭੈਣ ਨੂੰ ਡਾਕੂ ਚੁੱਕ ਕੇ ਲੈ ਗਏ। ਤੈਨੂੰ ਇਸ ਗੱਲ ਦੀ ਗੈਰਤ ਨਹੀਂ ਆ ਰਹੀ, ਮੈਂ ਅਗਲੀ ਕਿਉਂ ਦੱਸਾਂ? ਦਿਲ ਦੀਆਂ ਲੱਗੀਆਂ ਜਾ ਤੇਰੀ ਮਾਂ ਦੀਆਂ ਲੱਗੀਆਂ ਦਿਹਾੜੀਆਂ। Why are you laughing, man? ਓਏ ਆ ਮੇਰੇ ਕੰਨ 'ਚ ਕਹਿ ਰਹੀ ਹੈ ਜੇ ਤੇਰੇ ਪਿਓ ਦੀ ਪਿੱਛੋਂ ਦੋਤੀ ਚੁੱਕੀ ਹੈ ਤਾਂ ਸੁਪਰਮੈਨ ਲੱਗੇ। ਅੰਮੀ ਜੀ ਕੌਣ ਗੰਦੀ ਤਾਸ਼ ਦਾ ਬਾਦਸ਼ਾਹ? ਮੇਰੇ ਮੋਬਾਈਲ ਚੋਂ ਮੇਰੀ ਮਸ਼ੂਕ ਦਾ ਨੰਬਰ ਕੱਢ ਕੇ ਸਾਰੀ ਰਾਤ ਆਪਣੀ ਭੈਣ ਨੂੰ ਬੰਦੇ SMS ਕਰਦਾ, ਗੱਲ ਕੱਖ ਵੀ ਨਹੀਂ ਆਉਂਦੀ ਆ ਵਧਾਉਂਦਾ।
ਇਹਦਾ ਮੂੰਹ ਦੁਆ ਲੈ हेलो जान एक छोटा जा मशवरा लेना सी ਤੁਹਾਡੇ ਕੋਲ ਕਾਦਾ ਸੁਣਿਆ ਕੁਕਿੰਗ ਤੁਸੀਂ ਵੀ ਬੜੀ ਅੱਛੀ ਕਰ ਲੈਂਦੇ ਹੋ ਹਾਂ ਐ ਵੱਡੇ ਗੋਸ਼ਤ ਚ ਛੋਟਾ ਗੋਸ਼ਤ ਪਾ ਦਈਏ ਕਿੰਨੀ ਦੇਰ ਚ ਗਲ ਜਾਏਗਾ ਉਹ ਮੈਂ ਆਪਾਂ ਜ਼ੁਬੈਦਾ ਦਾ ਮੁੰਡਾ ਹਾਂ ਮੈਂ ਕਹਿੰਦਾ ਵੀ ਇਕੱਠਾ ਪਕਾ ਲਈਏ ਤੇ ਕਿੰਨੀ ਦੇਰ ਚ ਗਲ ਜਾਂਦਾ ਸਭ ਹੱਸੇ ਨੇ ਉੱਚ ਜਾ ਕੇ ਸਿਰਕਾ ਪਾ ਗਲ ਜਾਏਗਾ ਜਾਂ ਸ਼ਾਬਾਸ਼ ਜਾਨ ਜਲਦੀ ਜਲਦੀ ਆ ਜਾਓ ਜ਼ਰਾ ਮੈਂ ਕਹਿੰਦਾ ਜ਼ਰਾ ਰਲ ਕੇ ਚਾਹ ਬਣਾ ਲਈਏ ਅੱਜ ਬਾਤ ਸੁਣੋ तू तुम्हारी मालकिन है ना हाँ वो चंद दिनों के लिए अपने माँ बाप के यहाँ जाना चाहती है तो जाए मैनू की है अगर वो चली जाए तो कुछ दिनों के लिए मेरे साथ मैनेज करोगे मेरे पता कि घर के मामला संभाल लोगे ना दिस इज द होम दिस कंट्री ऑफ द मिडिल ईस्ट अच्छा मैं तो इस गल का गुस्सा नहीं करता किसी और ने ना किसी ने छुरी मार देनी है ये वैसे बहुत गलत लोग ने ये वो लोग ने घर च चीनी होवे भी तो बाहरों लपण डए होंदे ने ਉਹ ਤੂੰ ਤਾਂ ਦਫਾ ਹੋ ਜਾਏ ਨਾ ਦੁੱਧ ਨਾ ਦਹੀਂ ਨਿਰੀ ਗਈ ਗਈ ਹਾਏ ਹਾਏ ਜਿਹੜਾ ਤੂੰ ਸੌ ਦੇਣਾ ਉਹ ਨਾ ਦਹੀਂ ਮੈਂ ਤਾਂ ਪਰੇਸ਼ਾਨ ਹੋ ਗਈ ਕਿਸੇ ਸਿਹਤ ਇਸ ਬਗਾਰਤ ਦੀ ਇਸੇ ਤਰ੍ਹਾਂ ਮਾਤਾ ਬਸ ਜਾਣ ਰਹੀ ਹੈ ਅੱਛਾ ਬਾਤ ਪਤਾ ਕੀ ਹੈ ਕੁਛ ਸੇਰ ਨਾ ਨਾ ਅੰਗਰੇਜ਼ੀ ਬੋਲੀ ਤੇਰੀ ਮਿਹਰਬਾਨੀ ਮੇਰੀ ਜਾਨ ਛੱਡ ਦੇ ਤੁਮ ਆਪਣੀ ਤਰਫ ਆਪਣੇ ਬਾਪ ਕੋ ਲੈ ਜਾਤੇ ਹੋ ਮੈਂ ਤੁਮੇ ਪਤਾ ਕਿ ਇਸ ਵਕਤ ਕਿਤਨਾ ਸ਼ਦੀਦ ਕਿਸਮ ਕਾ ਹੈਪੀ ਹੂੰ ਕਦਲੀ ਹੈਪੀ ਹੈ ਤੂੰ ਤਬੀਅਤ ਨਹੀਂ ਠੀਕ ਨਾ ਆਈ ਐਮ ਅਸਲ ਮੇ ਆਈ ਐਮ ਹਾਰਟ ਐਂਡ ਗੁਰਦੇ ਕਲੇਜੀ ਫਿਫੜੇ ਟੋਟਲੀ ਆਸ਼ਾ ਬੇਦਾ ਕੋਈ ਡਾਕਟਰ ਹੈ ਜਿਹੜਾ ਇਹਨੂੰ ਠੀਕ ਕਰ ਦੇ ਸਾਦੀ ਨਹੀਂ ਵੇ ਨਰਗਸ ਹਾਂ ਜਨ ਅਲਹਮਦੁਲਿਲਾ ਜੀ ਫਰਮਾਓ ਕਿਧਰ ਹੈ ਮੈਂ ਇਧਰ ਹੀ ਜਿੱਧਰ ਉਹ ਮੇਰਾ ਪੁੱਤਰ ਬੈਠਾ ਹੈ ਓ ਤੂੰ ਮੰਮਾ ਤੂੰ ਤੂੰ ਆ ਤੈਨੂੰ ਆਪੇ ਦਾ ਫੀਡਰ ਦਿਆਂ ਸੋਇਆ ਤੈਨੂੰ ਤਾਂ ਹੁਣ ਤੇਰੇ ਆਪੇ ਵੀ ਫੀਡਰ ਨਹੀਂ ਦਿੰਦੇ ਦੰਦੀਆਂ ਚ ਵੜਨਾ ਹੈ ਤੇਰਾ ਕੱਖ ਨਾ ਰਵੇ ਤੈਨੂੰ ਪੁੱਤਰ ਕਿਹਾ ਨਾ ਸਾਰੀ ਜ਼ਿੰਦਗੀ ਅੱਬਾ ਹੀ ਲੱਭੇਗਾ ਚੱਲ ਮੈਨੂੰ ਆਪ ਨਹੀਂ ਪਤਾ ਤੂੰ ਕਿਹਦੇ ਚ ਹੈ ਖਾਨਾ ਖਰਾਬਾ ਤੇਰੇ ਵਰਗੇ ਬੱਚੇ ਪਤਾ ਮੈਂ ਕਿੰਜ ਜੰਮਨੀ ਆ ਜਿੰਜ ਪਤਾ ਖਾਣੇ ਦਿੰਦੀ ਏ ਪਕ 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 ਐ ਪਕ 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 ਐ ਐ ਐ ਹਾਲ ਚ ਵੀ ਬੈਠਾ ਤਾਂ ਸੇ ਵੀ ਖਰਚੇ ਦੀ ਮਾਂ ਦੀ ਫਰੀਕ ਵੀ ਪਵਾ ਲਈ ਫੜੇ ਮੈਡਮ ਆਪ ਹੈ ਕੌਣ ਕਿੱਥੋਂ ਆਏ ਹੋ ਜੀ ਕਿੱਥੋਂ ਆਏ ਹੋ ਉੱਥੋਂ ਹੀ ਜਿੱਥੋਂ ਸਾਰੇ ਆਏ ਨੇ ਮੇਰਾ ਕੋਈ ਵੱਖਰਾ ਨਾ ਸਾਰੇ ਉਧਰੋਂ ਆਏ ਤੂੰ ਇਧਰੋਂ ਆਈ ਮੈਂ ਅੰਨਾ ਤੇ ਨਹੀਂ ਹੋਇਆ ਚੱਲ ਸਹੀ ਸਹੀ ਦੱਸ ਤੂੰ ਵੀ ਉਧਰੋਂ ਆਇਆ ਤੇ ਉਧਰੋਂ ਆ ਗਿਆ ਇਧਰ ਗਿਆ ਉਧਰੋਂ ਉੱਤੇ ਚੜਾ ਆਇਆ ਭਾਈ ਤੇਰੀ ਆਦਤ ਪਹਿਲੇ ਤੂੰ ਥੱਲੇ ਜਾਣਾ ਫਿਰ ਉੱਤੇ ਚੜਨਾ ਸ਼ਰਮ ਨਹੀਂ ਆਉਂਦੀ ਤੇ ਮੈਂ ਘੁੰਮ ਫਿਰ ਕੇ ਵੇਖਣਾ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਅੱਛਾ ਮੈਂ ਸੁਣਿਆ ਤੂੰ ਪਿਛਲੀ ਗਲੀ 'ਚ ਵੀ ਜਾਣਾ ਹਾਂ ਕੱਲਾ ਹੀ ਕੱਲਾ ਨਹੀਂ ਨਾਲ ਪੁਲਿਸ ਲੈ ਕੇ ਜਾਵਾਂ ਮੈਂ ਨਾਲ ਨਹੀਂ ਕੋਈ ਆਂਦਾ ਮੇਰੀ ਗੈਂਗ ਗਈ ਸੀ ਇੱਕ ਵਾਰੀ ਉਹ ਚੁੱਕਣ ਗਿਆ ਸੀ ਅੱਛਾ ਸਹੀ ਸਹੀ ਦੱਸ ਤੇਰੀ ਸੀ ਜਾਂ ਕਿਸੇ ਦੀ ਕਿਸੇ ਦੀ ਮੈਂ ਕਿਉਂ ਚੁੱਕਣ ਜਾਵਾਂ ਅੱਛਾ ਮੇਰੀ ਗੱਲ ਸੁਣ ਮੇਰੇ ਨਾਲ ਜ਼ਿਆਦਾ ਗੱਲ ਨਾ ਕਰ ਕਿਉਂਕਿ ਤੂੰ ਹੈ ਮੁੰਡਾ ਔਰ ਮੁੰਡਿਆਂ ਨਾਲ ਮੈਨੂੰ ਕੋਈ ਕੰਮ ਨਹੀਂ ਤੈਨੂੰ ਪਤਾ ਹੈ ਮੇਰਾ ਮਿਸ਼ਨ ਹੈ ਬਾਬੇ ਮਾਰ ਦੇ ਬਾਬਾ ਨੀਵਾਂ ਹੈ ਬਾਬਾ ਜੀ ਨੀਵੇਂ ਨਾ ਹੋ ਸਾਨੂੰ ਪਤਾ ਹੈ ਬਾਬੇ ਨੀਵੇਂ ਹੀ ਹੁੰਦੇ ਨੇ ਅੱਛਾ ਬੜੇ ਗੌਰ ਨਾਲ ਬਾਬਾ ਮੈਨੂੰ ਵੇਖ ਰਿਹਾ ਇਹਨੇ ਇੱਥੋਂ ਜਾ ਕੇ ਨਾ ਘਰ ਜਾ ਕੇ ਤੁਹਾਡੀ ਚਾਚੀ ਨੂੰ ਬੜਾ ਤੰਗ ਕਰਦਾ ਮੇਰੀ ਆਵੀ ਚਾਚੀ ਨੂੰ ਤੰਗ ਕਰਦਾ ਕਿਉਂ ਤੇਰੀ ਚਾਚੀ ਲੱਗੀ ਅੱਛਾ ਵੈਸੇ ਹੀ ਜਾ ਰਹੀ ਉਹਦੀ ਪੁੱਤੀ ਤੇਰੀ ਚਾਚੀ ਹੋਈ ਨਾ ਬੜਾ ਤੰਗ ਕਰੇਗਾ ਟਾਈਮ ਹੀ ਜ਼ਾਇਆ ਕਰੇਗਾ ਤਿੰਨ ਤਿੰਨ ਘੰਟੇ ਬਾਬੇ ਟਾਈਮ ਜ਼ਾਇਆ ਕਰਦੇ ਨੇ ਵੱਧ ਤੋਂ ਵੱਧ ਕਰਨਾ ਵੀ ਕੀ ਹੈ ਕੁਤਕਤਾਰੀਆਂ ਸਹੀ ਕਹਿ ਰਹੀ ਹੈ ਮੈਂ ਤੈਨੂੰ ਓਏ ਅੱਜ ਕੱਲ ਦੇ ਬਾਬੇ ਇੰਜ ਨਹੀਂ ਕਰਦੇ ਹੈ ਉਹ ਵੇ ਸੂਫੀ ਆਏ ਸੂਫੀ ਸਾਹਿਬ ਅੱਜ ਕੀ ਮਸੀਤ ਦਾ ਸਿਮਟ ਹੀ ਵੇਚ ਆਇਓ ਹਾਂਜੀ ਸਿਮਟ ਵੇਚ ਆਇਆ ਨੂੰ ਪਤਾ ਲੱਗਾ ਤੇਰਾ ਘਰ ਬਣ ਰਿਹਾ ਤੈਨੂੰ ਸਰੀਆ ਲੈ ਕੇ ਦੇਣੇ ਤੇਰੀ ਮਿਹਰਬਾਨੀ ਤੂੰ ਡਾਇਰੈਕਟਰ ਹੈ ਤੂੰ ਸਰੀਆ ਵੀ ਲੈ ਕੇ ਦੇ ਸਕਦਾ ਵੱਡਾ ਬੰਦਾ ਹੈ ਵੱਡਾ ਬੰਦਾ ਕੀ ਮਤਲਬ ਮੈਂ 60 ਸਾਲ ਦਾ
मेरे सारे भरा ने तू हिम्मत कर तेरे सारे भरा एवं नहीं होए हाँ। तेरी मां की हिम्मत है आने वाले तेरे भरा ने ਸਾਡੀ ਮਾਂ ਦੀ ਹਿੰਮਤ ਨਹੀਂ ਸਾਡੇ ਪਿਓ ਦੀ ਹਿੰਮਤ ਹੈ ਕਿਨੇ ਇਸ ਕਿਨੇ ਇਸ ਕੰਮ ਦੀ ਹਿੰਮਤ ਹੈ ਮਾਂ ਦੀ ਹਿੰਮਤ ਹੈ ਸੋਹਣਿਆ ਕੱਲੇ ਬੰਦੇ ਨਾਲ ਕੰਮ ਹੀ ਨਹੀਂ ਆਹ ਜ਼ਾਹਰ ਹੈ ਜ਼ਾਹਰ ਹੈ ਤੇਰੀ ਤੂੰ ਤਾਂ ਬੈਲਜੀਅਮ ਨੂੰ ਠੇਕਾ ਦਿੱਤਾ ਸੀ ਅੱਛਾ ਮੇਰੀ ਗੱਲ ਸੁਣ ਮੈਂ ਤੁਹਾਡੀ ਹਮਸਾਈ ਨਾ ਹੈ ਮੇਰਾ ਟੀਨਾ ਔਰ ਮੈਨੂੰ ਜ਼ਰਾ ਇਸ਼ਕ ਕਰਨ ਦਾ ਬੜਾ ਹੀ ਸ਼ੌਕ ਹੈ ਸ਼ੌਕ ਇਸ਼ਕ ਜੀ ਹਾਂ ਜੀ ਮੇਰਾ ਦਿਲ ਕਰ ਰਿਹਾ ਹੈ ਹਾਂ ਹਬੀਬੇ ਜ਼ਰਾ ਅਲਫਾ ਬੈਂਕ ਮੇ ਬਾਤ ਕਰਵਾਏ हेलो सिस्टर शुक्र है किसी ने तो क्या मेरे बहन हाय ब्रदर शादी करोगी बगैर तो हूं ही मैं बहन क्या आई हूं ब्याह का कर अंग्रेजों में कोई मां बहन बेटी अंग्रेजों का मंशूर है था पा सच कह रहे सच कह रहे अगला मुल्तानिया है भाई उन्होंने डर उतर गया ठा ठा कुड़ियों ने छेड़ना शुरू कर दिता इन्होंने पता ज्यादा ज्यादा सजा 30 सेकंड की होगी हाँ सच कह रहे अस्सलाम वालेकुम जी काशिफ साहब कैसे हैं आप ठीक है खैरियत से काशिफ महमूद मैं हूं देखे बड़ा प्यारा फनकार है साडा अच्छा कैसे हो अल्लाह आपको जिंदगी का मुक्ति दे हम खुद आपकी काशिफ का फैन है बहुत क्या काम करते हो देख लो काशी क्या कर रही है मेरा दोस्त है मैं तो मर्जी करूं मेरा भी दोस्त है अच्छा और तेरा इस पाकिस्तान की केड़ा नहीं दोस्त पूरा दास ये आप टीवी पे बैठ के जवाब दे ले बेड़े गर्क की मेरे शो में आकर ना नरगिस नौटी में आई अच्छा आप आई कैसे यहाँ मैं हाँ मामा ऐसा फ्री क्यों होने हैं मतलब तू की समझे मैं काशिफ ना गला की दी तेरे फ्री हो जा क्या हुआ हाथ ना लाए हाथ ना ला मेरे को पराठो होवे तो मेनू कही जाना आमिर खान तुम पाकिस्तान कब आए सोनिया मैं आमिर खान नु समझदी कुछ नहीं साडे ते रब दी रहमत है असि पाकिस्तान दे फनकार और पाकिस्तानी सानु प्यार करदे ने असि आ गए तुने शाहरुख खान ते सलमान खान चल बस तेरा कसूर नहीं जाई मेरे ते ध्यान पे तो सब कुछ भूल गए हैं की है अच्छा कैसे आई हो तू अमीर हो गया फोन ही कुछ अज का लै इन की है सुनता नहीं ओ वे तेती दस ते वीडियो बनाई जा जेड़ा मर्दी है वे सोनी है दस नहीं कह रहा पैसे किन्ने लेने छेती दस मैं तो वाला आप मशवरा दे रहे हैं ते आप ही उन्हें रेट दस दे मैं कल ही दसया तेरा रेट कदे उत्ते आंदा कदे थल्ले आंदा अपना ना नरगिस बदल के स्टॉक एक्सचेंज रख ला अच्छा अच्छा डार्लिंग तो पता क्या लगे हो नाल नहीं यार बात पता क्या है वाह 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 क्या क्रेडिट दे रहे हो आगा साहब मेनू ओ माय गॉड बड़ी खुशी दी गल है इस काम ने तोर मैं मुल्तान ले आंदा सी हुन जिस काम ने दसो कि तन्नू ही मैं ही ले आंदा मुल्तानो अज मेनू कला करन ले जुतियां वर्गे भी नहीं छोटे लोग मैं जनाब लड़का फसाने मेरी गल सुन हां तू डायरेक्टर है आहो मैं सुने तेरी ड्यूटी है तू मुंडे कर ले
ਕੋਈ ਮੁੰਡਾ ਹੀ ਕਰ ਲੈ ਗੱਲਾਂ ਜਾ ਸੋਣਾ ਜਿਆ ਜਿਵੇਂ ਕਾਸ਼ੀ ਮਹਿਮੂਦ ਬਿਠਾਇਆ ਹੀ ਨਾ ਇਸ ਤਰ੍ਹਾਂ ਅੱਛਾ ਹਾਂ ਪੈਦਾ ਕੀ ਏਡੀ ਦੂਰ ਮਾਰਦਾ ਹੀ ਉਹ ਸ਼ਰੀਫ ਆਦਮੀ ਹਾਂ ਤੇ ਮੈਂ ਮੇਰੀਆਂ ਥਾਣਿਆਂ 'ਚ ਤਸਵੀਰਾਂ ਲੱਗੀਆਂ ਕਿਹੜੇ ਥਾਣੇ 'ਚ ਨਹੀਂ ਲੱਗੀ ਚੱਲ ਮੈਂ ਮੇਰੇ ਤੇ ਵੱਧ ਤੋਂ ਵੱਧ ਕੀ ਫਾਸ਼ੀ ਦੇ ਪਰਚੇ ਹੋਏ ਹੋਣਗੇ ਮੇਰੇ ਤੇ ਕਿਉਂਕਿ 302 ਦੇ ਪਰਚੇ ਹੋਏ ਨਹੀਂ ਫਾਸ਼ੀ ਫੁਸ਼ੀ ਦਾ ਨਹੀਂ ਤੈਨੂੰ ਆਪਣਾ ਪਤਾ ਨਹੀਂ ਤੂੰ ਕਿਹੜੀ ਸ਼ੈ ਹੈ ट्रैक्टर ने भेजिया सुनिया तुम तलब हो रही देखो तलब तो हो रही लेकिन मैं उन क्या थी कि मुंडे नु कालो ने साई लोग कालता तेरा उन मुंडे नाल कोई काम नहीं तेनु उन साई चाहिदा है मुंडे नाल पार कर रही है तू सफर तेनु उन साई चाहिदा जेड़ा तेरी साई साई करा देवे असी तेनु प्यार नहीं करते पता की गल है साई लोगों नु कुछ पता नहीं होंदा इसलिए मेनू याद है बड़ा पता है याद है सारा पता है हां जी की पता है सारा ब्याह की हुंदा है हां जी थोड़ी देर बाद मुंडा आ कमरे दबे कदम और कुड़ी का दिल तड़कना शुरू होता है मुंडा आ कुड़ी के कुंड चुकता मुंह दिखाई देता है उसके बाद कोल टेबल से दुध का जग पैदा दुध च और गिलास दुध पा के पी जाते हैं उस तो बाद की होता है तू मैं दसे तो बाकी रह की गया बाकी तो सिर्फ जय बकुआ ही रह गई है लेकिन फिर भी अगर तुसी कहंदे तो दस देने कुड़ी मुंडा सेज ते बैठन दे दूध पीने ने आ जाई बाथरूम च ना पानी हो ना साबुन तेरे और है हो जे मुंडे फिर यपन कटीटा होंदा समझ नहीं आई फिर ना दो मियां बीवी नूं आपो ताप पै जांदी है बस फिर 20 मिनट बाद आपो इधर पै जांदी है ताप इधर पै जांदी है फिर लाड़े नूं अपनी पै जांदी है ਟੈਂਟਾਲਾ ਕਹਿੰਦਾ ਗਲਾਸ ਪੂਰੇ ਕਰਾ ਤੂੰ ਕੋਈ ਹੋਰ ਮੁੰਡਾ ਬੁਲਾ ਓਏ ਇਹ ਕੌਣ ਹੈ ਇਹ ਚੂਹਿਆਂ ਦਾ ਨਾਜ਼ਮ ਹੈ ਬੱਚੀਆਂ ਤੇ ਲਾਜ਼ਮ ਹੈ ਹਾਈ ਹਾਊ ਆਰ ਯੂ ਆਈ ਐਮ ਗੁੱਡ ਹਾਊ ਆਰ ਯੂ ਆਈ ਐਮ ਓਕੇ ਵੇਅਰ ਯੂ ਬੀਨ ਲਾਸਟ ਵੀਕਐਂਡ ਆਈ ਵਾਸ ਇਨ ਲੰਡਨ ਓਹ ਆਈ ਵਾਸ ਇਨ ਪੈਰਿਸ ਰੀਲੀ ਓ ਯੈਸ ਇਟ ਯੂ ਲਾਈਕ ਪੈਰਿਸ ਯਾ ਆਈ ਲਾਈਕ ਪੈਰਿਸ ਸਪੇਨ ਐਂਡ ਬਾਰਸਲੋਨਾ ਬਾਰਸਲੋਨਾ ਯਾ ਆਈ ਨੋ ਦੈਟ इंसान रखिया भी उंजी सी और इसने मेरे पास रखवाया वो मजा आए अले मीठा काट पाए मीठा पाए नहीं पाया मीठा बैठा है अच्छा जी हाँ अरे मार शोखा अरे आन गए चलो भी जेब आतंकवादी आ गई है जिंदगी दा मसला तीन मुंडे तुहाडे सामने ने जी ਤੇ ਮੁੰਡਾ ਤੁਸੀਂ ਠੋਕ ਵਜਾ ਕੇ ਚੈੱਕ ਕਰ ਲਓ ਜਿਹੜਾ ਖੜਨਾ ਅੱਛਾ ਮੈਂ ਮੇਰਾ ਤਾਂ ਪਤਾ ਨਹੀਂ ਮੈਂ
ਅੱਖਾਂ ਬੰਦ ਕਰਕੇ ਵੀ ਦੱਸ ਦਿਆਂਗੀ। ਅੱਛਾ ਜੀ, ਮੈਂ ਆਵਾਂ 2000 ਖਰਚ ਕੇ ਪਹਿਲੇ ਇੱਥੇ ਤੇ ਮਰ। ਲਓ ਜੀ, ਮੈਂ ਅੱਖਾਂ ਬੰਦ ਕਰਕੇ ਮੁੰਡਾ ਸਿਲੈਕਟ ਕਰਾਂਗੀ, ਠੀਕ ਹੈ? ਹਾਂ ਜੀ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ, ਸਿਲੈਕਟ ਕਰਨਾ ਤੇ ਇੱਥੋਂ ਕਰਵਾ। ਹੁਣ ਵੇਖੋ ਸਾਡੇ ਸਾਰਿਆਂ ਲਈ ਰਹੇਗੀ ਆਸਾਨੀ। ਗਿਣਾਂਗੇ 1 ਤੋਂ ਲੈ ਕੇ 10 ਤੱਕ, ਜਿਹਦੇ ਤੇ 10 ਆ ਜਾਏਗਾ ਮੈਂ ਉਹਦੀ। ਵਿੱਚ ਡੰਡੀ ਮਾਰੀ ਏ, ਹੁਣ ਕਿਨੋ ਨਾ 1 2 3 4 5 6 7 8 9 10 ਅਸਾਂ ਹੀ 10 ਏ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਲੈ ਹੁਣ ਦੱਸ ਮੇਰੇ ਤੇ ਕਿਉਂ ਨਹੀਂ ਆ ਰਿਹਾ ਹਾਂਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਮਰੇ ਉਹ ਤੇਰਾ ਪਸਤਾ ਪਾਟਿਆ ਸਾਈ, ਆਪਣੇ ਕੋਲੋਂ ਦੱਸ। ਨਹੀਂ ਜੀ, ਫਾਈਨਲ ਫੈਸਲਾ ਕਰੋ। ਕਰੋ ਜੀ ਫੈਸਲਾ, ਕਰੋ ਜਨਾਬ ਫੈਸਲਾ। ਮੈਂ ਫੈਸਲਾ ਕਰ ਲਿਆ ਕਿ ਮੇਰੇ ਲਈ ਐਚਓ ਹੀ ਹੋਈ ਠੀਕ। ਲੋ ਮਾਲ ਤੇ ਕਰ ਰਿਹਾ ਸੀ। ਯਾ ਅੱਲਾ ਕਰਮ ਤੁਸੀਂ ਵੀ ਸਭ ਨੇ ਖਾਧਾ, ਤੁਸੀਂ ਰਹਿ ਗਏ ਸੀ। ਉਹ ਫਿਟੇ ਮੂਹੇ ਕੱਚੇ ਦਿਲੇ ਵੀ ਬਣਾਉਂਦਾ ਰਹੇ। ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਨਹੀਂ ਸੁਣੋ ਕਿ ਜਿਹੜਾ ਤੁਹਾਡਾ ਪੁਰਾਣਾ ਨਾਮ ਇਟਸ ਫਾਈਨਲ ਇਹ ਧੋਖਾ 3 ਵਾਰੀ ਮੇਰੇ ਤੇ ਦੱਸ ਆਇਆ ਯਾਰ। ਫਾਈਨਲ ਹੋ ਗਿਆ ਜਦੋਂ ਉਹਨੇ ਇੱਕ ਮਨ ਚੋਣ ਲਿਆ ਤੇ ਤੁਹਾਨੂੰ ਦੱਸ ਦਿੱਤਾ ਨਾ ਜੀ। ਲੜਾਈ ਹੋ ਜਾਣੀ ਇੱਥੇ, ਦੁਸ਼ਮਣੀ ਪੈ ਜਾਣੀ, ਦੁਸ਼ਮਣੀ ਹੈ। ਨਰਗਿਸ ਮੇਲਾ ਲੱਗਾ, ਜੋ ਤਵਰਕ ਮਿਲਦਾ ਲੈ ਕੇ ਨਿਕਲੋ। ਹਵਾ ਕਹਦਾ ਪਾਂਡੇ ਕੋ ਬੇਵਕੂਫ। ਲਓ ਜੀ, ਹੁਣ ਅਸੀਂ ਪਾਕਿਸਤਾਨ ਵਿੱਚ ਨਹੀਂ ਰਹਿਣਾ। ਸੱਚੀ ਅਸੀਂ ਹੁਣ ਚੀਚਾ ਉੱਤੇ ਨਹੀਂ ਰਹਿਣਾ। ਕੁਰਸੀ ਤਾਂ ਥੱਲੇ ਵੱਢ ਦੇਣਾ। ਅਗਰ ਤੂੰ ਮਿਲ ਜਾਓ ਜ਼ਨਾਨਾ ਛੋੜ। ਤੇਰਾ ਗਿਫਟ ਕੈਂਸਲ। ਅਰੇ ਭਾਈ, ਮਾਫੀ ਮਾਫੀ। ਸ਼ਾਦੀ ਕਰ ਰਹੇ ਆ, ਸ਼ਾਦੀ ਕਰਕੇ ਜਾ ਰਹੇ ਅਸੀਂ ਹਨੀਮੂਨ ਤੇ ਅਮੈਰੀਕਾ। ਕੀ ਹੋ ਗਿਆ ਪਾਗਲੋ ਤੁਹਾਨੂੰ? ਅਮੈਰੀਕਾ ਆਪਣੇ ਮੁਲਕ ਨਾਲ ਪਿਆਰ ਕਰੋ। ਅੱਲਾ ਦੀ ਰਹਿਮਤ ਨਾਲ ਕੈਸਾ ਟਾਈਮ ਆ ਰਿਹਾ ਕਿ ਪੂਰੀ ਦੁਨੀਆ ਤੇ ਸਿਰਫ ਪਾਕਿਸਤਾਨ ਦੀ ਹਕੂਮਤ ਹੋਣੀ ਆ। ਵਜ੍ਹਾ ਵੀ ਤਾਂ ਦੱਸੋ ਨਾ ਵਜ੍ਹਾ। ਉਹ ਸਾਰੀ ਦੁਨੀਆ ਤੇ ਚੱਲਦੇ ਚਲੀ ਜਾਣੀ ਆ, ਅਸੀਂ ਇੱਥੇ ਖੱਜਲ ਹੋ ਗਏ। ਲੱਖ ਲੈਣੇ ਤੇਰੇ ਪੈਕੇਜ ਦੋਸਤ ਨਾਲ ਬਦਤਮੀ। ਦੇਖੋ ਇਹਨੂੰ ਦੱਸ ਦਿਓ ਕਿ ਤੁਸੀਂ ਮੈਂ ਅੱਛੇ ਤੇ ਹੋ ਕੇ ਖਲੋਣਾ। ਕੀ ਕੀ ਮਤਲਬ ਉਰਦੂ ਬੋਲ ਰਹੇ ਮੈਂ? ਕੀ ਮੈਂ ਨੇ ਸ਼ਾਦੀ ਕਰਨੀ ਆ ਆਪਕੇ ਸਾਥ? ਮੈਂ ਨਹੀਂ ਹੋ ਕੇ ਖਲੋਣਾ। ਹਾਂ ਮੈਂ ਨਹੀਂ ਕਰਨੀ। ਮੈਂ ਨੇ ਕਰਨੀ ਆ ਸ਼ਾਦੀ? ਮੈਂ ਨਹੀਂ ਕਰਨੀ। ਓਏ ਓਏ, ਇੱਥੇ ਲੜਾਈ ਹੋ ਜਾਣੀ। ਓ ਪਲਵਾਨ ਬੰਦਾ ਨੂੰ ਪਲਵਾਨ ਨੂੰ
ਆ ਗੰਗ ਆਈ ਹੈ ਨਾ ਕਿੰਨਾ ਤੂੰ ਨਗਰਾ ਤੂੰ ਪਤਾ ਲੱਗ ਜਾਂਦਾ ਕੀ ਮਤਲਬ ਪਤਾ ਲੱਗ ਓਹ ਹਾਂ ਭਾਈ ਲਗਾ ਗਏ ਉਹ ਤੂੰ ਪਹਿਲਾਂ ਬੋਲ ਰਿਹਾ ਤੇ ਕਰ ਲਾ देखो जी जे तो मेरी जेब च पैसे निकल आए तो खाना खावांगे नहीं तो लिटर वक्त पड़े ओके वी आर गोइंग टू द पीसी ਲੈ ਜਾ ਲੈ ਜਾ ਇਹਨੂੰ ਵਿਖਾ ਕੇ ਬੋਤਲਾਂ ਪੀ ਕਮ ਆਨ ਚਲੇ ਜਾਨ ਕਮ ਆਨ ਚਲਿਏ ਓ ਯਾਰ ਹਾਂ ਚਲੇ ਜਾ ਹਾਂ ਜੀ ਠੀਕ ਹੈ ਚਲਿਏ ਹਾਂ ਪਿਛਲੇ ਡੱਬੇ ਚ ਬੈਠ ਜਾ ਜਾਨ ਜੀ ਮੁਝੇ ਆਪਕੋ ਪਤਾ ਜਰਾ ਅਜਬੀ ਸੇ ਲੋਕ ਬੋਲਦੇ ਨੇ ਕੋਈ ਸ਼ੇਰ ਹੀ ਸੁਣਾ ਦੀਜੀ ਹਾਂ ਹਾਂ ਕਿਉਂ ਨਹੀਂ ਖੁਦਾ ਹਾਫਿਜ਼ ਨਾ ਭੁੱਲੂੰਗਾ ਮਗਰ ਇਤਨੀ ਤਮੰਨਾ ਹੈ ਭੂਲੇ ਸੇ ਵੀ ਯਾਦ ਆਉਂ ਤੋ ਮਿਲਨੇ ਕੀ ਦੁਆ ਕਰਨਾ ਮਾਸ਼ਾਅੱਲਾ ਆਹਾ ਇਹ ਹੱਥ ਤੇ ਮਹਿੰਦੀ ਨਹੀਂ ਲੱਗਣੀ ਹਾਂ ਪੇਂਟ ਹੋਣੇ ਮਾਸਟਰ ਦਾ
ਪਸੰਦ ਦੀ ਵਜ੍ਹਾ ਨਾਲ ਕੈਂਸਲ ਕੀਤੀ ਗਵਰਨਮੈਂਟ ਨੇ ਉਹ ਕਿਉਂ ਪੇਚੇ ਲਾ ਕੇ ਫਿਰ ਉੱਤੋਂ ਹੀ ਫੜ ਲੈਣਾ ਤੁਸੀਂ ਬਾਤ ਸੋਏ ਪਾਪਾ ਕਿਹੋ ਜੀ ਗੱਲਾਂ ਕਰਨੇ ਆ ਤੂੰ ਚੁੱਪ ਕਰ ਤੇਰਾ ਵਿਆਹ ਕਰਨਾ ਹੈ ਤੂੰ ਨਾ ਬੋਲਿਆ ਕਰ ਨਾ ਮੁਲਾਜ਼ਮ ਮੈਂ ਕਹਿੰਦੇ ਭਰਾ ਮੇਰਾ ਛੋਟਾ ਮੇਰਾ ਛੋਟਾ ਭਰਾ ਇਹ ਤੇਰਾ ਛੋਟਾ ਭਰਾ ਹਾਂ ਇਹ ਤੇਰੇ ਅੱਬੇ ਚੋਂ ਹੋਇਆ ਜਾਂ ਤੇਰਾ ਅੱਬਾ ਇਹਦੇ ਚੋਂ ਹੋਇਆ ਓਏ ਉੱਥੇ ਖੜਾ ਮੈਂ ਆ ਰਿਹਾ ਓਏ ਉੱਥੇ ਖੜਾ ਅਜੇ ਕੁਝ ਨਹੀਂ ਕਹਿਣਾ ਇੱਧਰ ਆ ਜਾ ਇਹਨੂੰ ਕਦੇ ਨਹੀਂ ਬੁਲਾਇਆ ਇੱਥੇ ਉਹ ਤੁਹਾਡੀ ਬੱਚੀ ਜਵਾਨ ਹੋ ਗਈ ਨਾ ਮੈਂ ਕਿਹਾ ਤੁਹਾਡੀ ਧੀ ਇਹਦੇ ਨਾਲ ਵਿਆਹ ਦੇਈਏ ਉਹ ਮੈਂ ਆਪਣੀ ਧੀ ਇਹਦੇ ਨਾਲ ਕਿਉਂ ਵਿਆਹਾਂ ਤੂੰ ਆਪੀ ਤੇ ਕਹਿੰਦਾ ਸੀ ਮੈਂ ਆਪਣੀ ਧੀ ਉੱਚੀ ਥਾਂ ਤੇ ਵਿਆਹਣੀ ਹੈ ਉਹ ਕਾਕਾ ਮੈਂ ਉੱਚੀ ਥਾਂ ਤੇ ਵਿਆਹਣੀ ਹੈ ਟੰਗਣੀ ਨਹੀਂ ਇਹਦੇ ਨਾਲ ਮੈਂ ਧੀ ਵਿਆਹਾਂ ਪਹਿਲੇ ਕਾਰਡ ਛਪਾਵਾਂ ਕਿ ਹਮਾਰੀ ਪਿਆਰੀ ਬੇਟੀ ਕੀ ਸ਼ਾਦੀ ਜੁਮਾਤੁਲ ਮੁਬਾਰਕ ਬਾਅਦ ਨਮਾਜ਼ ਜ਼ੋਹਰ ਉਸਕੇ ਸ਼ੌਹਰ ਕੇ ਘਰ ਸੇ ਉਠਾਈ ਜਾਏਗੀ ਜਿਹੜੀਆਂ ਔਰਤਾਂ ਜੂਏ ਚੋ ਜਿੱਤੀਆਂ ਉਹਨਾਂ ਦਾ ਮੇਰਾ ਵਿਆਹ ਕਰਾ ਦਾ ਲੈ ਵੀ ਗੱਲ ਸੁਣ ਮੇਰੀ ਗੱਲ ਸੁਣ ਵੇ ਇਹਨਾਂ ਨੂੰ ਲੈ ਕੇ ਚੱਲੇ ਨਾ ਬਾਹਰ ਜਾ ਕੇ ਕੋਈ ਬਹਿਸ ਨਹੀਂ ਕਰਨੀ ਜੋ ਕੋਈ ਰੇਟ ਦੇਵੇ ਕੱਢਣ ਵਾਲੀ ਗੱਲ ਕਰਨੀ ਮੈਂ ਤੇਰੇ ਮੂੰਹ ਚ ਚਲਾ ਜਾਗਾ ਪੁੰਮਾ ਦੇ ਜਾਨੂ ਅਸੀਂ ਹਨੀਮੂਨ ਮਨਾਉਣ ਮਰੀ ਜਾਵਾਂਗੇ ਹਨੀਮੂਨ ਮਨਾਉਣ ਸੋਹਣੀਆਂ ਕੁੜੀਆਂ ਜਾਂਦੀਆਂ ਤੂੰ ਤਾਂ ਇਹਦੀ ਕਬਰ ਤੋਂ ਚੱਕਰ ਲਾ ਲੋਕੀ ਕੁੜੀਆਂ ਨਾਲ ਵਿਆਹ ਕਰਦੇ ਨੇ ਤੈਨੂੰ ਤਾਂ ਵਹਿੜੀਆਂ ਹੀ ਦੇਤੀਆਂ ਮੈਂ ਤੇਰੀ ਹੀਰ ਤੇ ਤੂੰ ਮੇਰਾ ਰਾਂਝਾ ਨਹੀਂ ਤੂੰ ਮੇਰਾ ਰਾਂਝਾ ਤੇ ਮੈਂ ਤੇਰਾ ਵੀਲ ਨਖਰੇ ਨਾ ਕਰ ਸੋਹਣਿਆ ਨਖਰੇ ਨਾ ਕਰ ਐਡਾ ਤਕੱਬਰ ਵੀ ਨਾ ਕਰ ਓਏ ਅਸੀਂ ਤੈਨੂੰ ਕੁੜੀਆਂ ਦੇਤੀਆਂ ਨੇ ਇਹਨਾਂ ਨੂੰ ਚੜਾਈ ਚੜਾ ਕੇ ਚੈੱਕ ਕਰ ਲੈ ਜੇ ਪਟਾਕੇ ਮਾਰਨ ਤੇ ਵਾਪਸ ਕਰ ਲਾਂਗੇ ਮਲਾਪ ਨਹੀਂ ਹੋਣਾ ਹਰ ਘਰ ਚ ਰੋਂਦਾ ਹੀ ਮਿਲਦਾ ਹੈ ਅਗਲੇ ਭਰਵਾਡਿਆਂ ਦਾ ਇਹ ਦੇਖੋ ਲੱਗਦਾ ਦੋ ਟੈਂਕੀਆਂ ਚ ਇੱਕ ਕੁੱਤੀ ਬੰਨੀ ਹੈ ਮੈਨੂੰ ਮੁਜਰਾ ਕਰਕੇ ਵਿਖਾ ਬਸ ਬਸ ਇਹਦਾ ਵੀ ਤੁਹਾਡੇ ਥੱਲੇ ਲੱਗਾ ਤੁਹਾਨੂੰ ਮੁਜਰਾ ਕਰਕੇ ਵਿਖਾਵਾ ਲਾਓ ਗਾਣਾ ਉਹ ਭਾਜੀ ਅੱਲਾ ਦਾ ਸ਼ੁਕਰ ਟਾਈਮ ਨਿਕਲ ਗਿਆ ਨਹੀਂ ਤੇ ਨਾਲਾ ਤੇ ਨਿਕਲ ਗਿਆ ਸੀ
ਕਾਕਾ ਫੇੜੇ ਖਰਕ ਹੋ ਗਏ, ਖਾਨੇ ਖਰਾਬ ਹੋ ਗਏ। ਕੀ ਹੋਇਆ ਅੱਬਾ, ਵਾਲ ਤੇ ਨਹੀਂ ਉੱਗ ਪਏ? ਓ ਬੇਟੇ, ਮੇਰਾ ਦੋਸਤ ਨਹੀਂ ਆਇਆ ਸੇਠ ਨਿਆਮਤ, ਹਾਂ ਆਪਣੀ ਬੱਚੇ ਦੇ ਰਿਸ਼ਤੇ ਕਰਨ? ਅੱਛਾ, ਉਹ ਸਭ ਕੁਝ ਲੁੱਟ ਲੁਟਾ ਕੇ ਪਿਛਲੀ ਦੀਵਾਰ ਪਾੜ ਕੇ ਨਿਕਲ ਗਿਆ? ਹੈ? ਹਾਂਜੀ, ਤੇ ਮੋਰਾ ਵੀ ਵੱਡਾ ਕੀਤਾ। ਪਹਿਲੇ ਉਹ ਨਿਕਲੇ ਨੇ ਤੇ ਪਿੱਛੇ ਅੰਮੀ ਵੀ ਨਿਕਲ ਗਈ। ਤੂੰ ਸੱਚੀ ਮੁੱਚੀ ਸਾਈ ਹੈ? ਤੂੰ ਚੋਰ ਫੜ, ਤੂੰ ਮੋਰਾ ਵੇਖਦਾ ਰਿਹਾ, ਹੁਣ ਕੀ ਹੋਏਗਾ ਕਾਕਾ? ਕੀ ਹੋਣਾ ਆਪਾਂ, ਇਹ ਸਭ ਕੁਝ ਤੇਰੀਆਂ ਕੀਤੀਆਂ ਸਾਡੇ ਅੱਗੇ ਆਈਆਂ। ਮੇਰੀਆਂ ਕਿਹੜੀਆਂ ਕੀਤੀ ਤੁਹਾਡੇ ਅੱਗੇ ਆ ਗਈਆਂ? ਚੰਗੇ ਭਲੇ ਪਿੰਡ ਵਸਣ ਡੇ ਸਾਂ, ਉੱਥੋਂ ਦੀ ਜ਼ਮੀਨ ਵੇਚ ਕੇ ਅੱਗੇ ਸ਼ਹਿਰ ਚੱਲੇ ਆ। ਸ਼ਹਿਰੀਆਂ ਦੇ ਕਦਮ ਨਾਲ ਕਦਮ ਲਾ ਕੇ ਚੱਲਾਂਗੇ। ਅਸੀਂ ਤੇ ਸ਼ਹਿਰੀਆਂ ਦੀ ਚਾਲ ਨਹੀਂ ਸਿੱਖ ਸਕੇ, ਪਰ ਆਪਣੀ ਚਾਲ ਭੁੱਲ ਗਏ। ਸਕੇ ਰਿਸ਼ਤੇਦਾਰਾਂ ਦੇ ਮੂੰਹ ਤੋਂ ਸਾਡੇ ਕੋਲ ਤਕਵਾਤਾ, ਤਾਂ ਜੀ ਧੀਆਂ ਨੇ ਸਾਡੀਆਂ ਮੰਗਣੀਆਂ ਹੋਈਆਂ, ਉਹ ਮੰਗਣੀਆਂ ਤੁੜਵਾਤੀਆਂ। ਬਾ ਇੱਕ ਗੱਲ ਯਾਦ ਰੱਖੀਏ ਬਾ, ਜਿਹੜਾ ਆਪਣਿਆਂ ਨੂੰ ਭੁੱਲਦਾ ਹੀ, ਵਕਤ ਨੂੰ ਸਭ ਤੋਂ ਪਹਿਲੇ ਭੁੱਲ ਜਾਂਦਾ ਹੀ। ਮੇਰਾ ਪੁੱਤ ਦੁਆ ਕਰ ਕਾਕਾ, ਫਿਰ ਉਹੀ ਦਿਨ ਆ ਜਾਣ। ਅੱਬਾ, ਮੇਰੀਆਂ ਤਾਂ ਦੁਆਵਾਂ ਕਿਤੇ ਡਿੱਗ ਪਈਆਂ ਨੇ, ਸਾਰੀਆਂ ਦੁਆਵਾਂ ਡਿਲੀਟ ਹੋ ਗਈਆਂ ਨੇ। ਹੁਣ ਕੀ ਬਣੇਗਾ? ਮੈਂ ਕਹਿੰਦਾ ਵੀ ਚਲੋ ਪਿੰਡ ਚੱਲੀਏ। ਤੂੰ ਵੀ ਬੇਵਕੂਫੀ ਕੀਤੀ ਹੈ। ਕਾਹਦੀ ਬੇਵਕੂਫੀ? ਚੰਗੇ ਭਲੇ ਪਿੰਡ ਤੇਰੇ 8-9 ਖੋਤੇ ਸਨ, ਇੱਥੇ ਆ ਕੇ ਤੂੰ ਚੌਧਰੀ ਬਣ ਗਿਆ। ਹੁਣ ਕਹਿੰਦਾ ਭਾਈ ਪਿੰਡ ਚੱਲੀਏ, ਪਿੰਡ ਆਪੇ ਦੱਸ, ਪਿੰਡ ਅਸੀਂ ਕਿਹੜੇ ਮੂੰਹ ਨਾਲ ਜਾਈਏ? ਪਿੰਡੋ ਵੀ ਤਾਂ ਤੂੰ ਖੋਤੀ ਮਾਰ ਕੇ ਨਸੇ ਹੈ। ਔਰ ਅੱਬਾ, ਤੇਰੇ ਤਾਂ ਦੋ ਪਰਚੇ ਹੋਏ ਨੇ। ਦੋ ਪਰਚੇ ਕਾਹਦੇ ਕਾਕਾ? ਇੱਕ ਖੋਤੀ ਮਾਰਨ ਦੇ, ਇੱਕ ਬੇਟੈਮੀ ਮਾਰਨ ਦੇ। ਦੁਪਹਿਰਾਂ ਨੂੰ ਤੂੰ ਪਿਆਸੀ ਮਾਰਦੀ, ਉਹਨੂੰ ਪਾਣੀ ਵੀ ਪੀ ਦਿੱਤਾ।